ਅਗੇ ਹੀ ਪ੍ਰਭ ਜਾਤ ਉਚਾਰੀ ਰਾਏ ਸਿੰਘ ਜੇ ਨੈਣ ਨਿਹਾਰੀ ਹੀ ਸਨੇ ਸਨੇ ਸੰਗਤ ਮੈਂ ਆਈ ਦੇਖਾ ਸਿੰਗੰਗ ਅਦ੍ਰਿਸ਼ਟ ਲਗਾਈ ਤਨ ਗੁਰੂ ਰਾਮ ਸਿੰਘ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਦੀ 12ਵੀਂ ਜੋਤ ਪਾਈ ਰਾਏ ਸਿੰਘ ਦਾ ਹੱਥ ਆਪਣੇ ਹੱਥ ਵਿੱਚ ਪਕੜਿਆ ਹੋਇਆ ਚੱਲਦੇ ਚੱਲਦੇ ਆਰਾਮ ਸਰ ਵੱਲ ਨੂੰ ਆ ਰਹੇ ਨੇ ਜਿੱਥੇ ਸਿੱਖ ਬੈਠੇ ਉਡੀਕ ਰਹੇ ਸਨ ਗੁਰੂ ਮਹਾਰਾਜ ਜੀ ਨੂੰ ਪਾਈ ਰਾਏ ਸਿੰਘ ਤੇ ਗੁਰੂ ਰਾਮ ਸਿੰਘ ਪਾਈ ਧਿਆਨ ਸਿੰਘ ਕਹਿੰਦੇ ਨੇ ਐਦਾਂ ਦਾ ਨਜ਼ਾਰਾ ਹੈ ਜਿੱਦਾਂ ਰਾਧਾ ਤੇ ਭਗਵਾਨ ਕ੍ਰਿਸ਼ਨ ਇੱਕ ਦੂਜੇ ਦਾ ਹੱਥ ਫੜ ਕੇ ਚਲੇ ਆ ਰਹੇ ਹੋਣ ਇੱਕ ਅਦੁੱਤੀ ਦਰਸ਼ਨ ਹੈ ਇੱਕ ਵੱਖਰਾ ਜਿਹਾ ਪਿਆਰ ਹੈ ਗੁਰੂ ਤੇ ਸਿੱਖ ਦਾ ਜਿਹਦੀ ਕੋਈ ਦੁਨੀਆ ਤੇ ਮਿਸਾਲ ਨਹੀਂ ਜਿਹਦਾ ਕੋਈ ਦੁਨੀਆ ਤੇ ਜੋੜ ਨਹੀਂ ਐਸਾ ਗੁਰੂ ਦਾ ਪਿਆਰਾ ਸ਼ਰਧਾवान ਸਿੱਖ ਭਾਈ ਰਾਏ ਸਿੰਘ ਜਿਨ ਨੇ ਗੁਰੂ ਚਰਨਾਂ ਤੋਂ ਆਪਣਾ ਤਨ ਮਨ ਧਨ ਸਭ ਕੁਝ ਵਾਰਿਆ ਹੋਇਆ ਸਮਰਪਤ ਹੈ ਜਿਹੜਾ ਸਤਗੁਰਾਂ ਨੂੰ ਐਨੇ ਦੁੱਖ ਤਕਲੀਫ ਜਿਨ ਨੇ ਰਤਾ ਜਿਨਾ ਵੀ ਨਾ ਸੋਚਿਆ ਵੀ ਐਨੇ ਹਜ਼ਾਰਾਂ ਮੀਲ ਸੈਂਕੜੇ ਮੀਲ ਚੱਲਿਆਂ ਮੈਂ ਕਿਵੇਂ ਰਾਹ ਵਿੱਚ ਜਾਵਾਂਗਾ ਸਤਿ ਬਚਨ ਕਹਿ ਕੇ ਉਸੇ ਵੇਲੇ ਤੁਰ ਪਿਆ ਤੇ ਗੁਰਮਖੋ ਹੁਣ ਸਤਗੁਰੂ ਮਹਾਰਾਜ ਦੀਆਂ ਖੁਸ਼ੀਆਂ ਦਾ ਪਾਤਰ ਹੈ ਗਰੀਬ ਨਵਾਜ਼ ਪਾਤਸ਼ਾਹ ਜੀ ਨਾਲ ਲੈ ਕੇ ਇਦਾਂ ਆ ਰਹੇ ਹਨ ਅੱਗੇ ਹੀ ਪ੍ਰਭ ਜਾਤ ਉਚਾਰੀ ਕਹਿੰਦੇ ਨੇ ਇਦਾਂ ਜਾਂਦਿਆਂ ਅੱਗੇ ਸਤਗੁਰਾਂ ਆਖਿਆ ਹੈ ਰਾਏ ਸਿੰਘ ਜੇ ਨਨਿਹਾਰੀ ਜੋ ਜੋ ਭਾਈ ਰਾਏ ਸਿੰਘ ਨੇ ਅੱਖਾਂ ਨਾਲ ਵੇਖਿਆ ਸੀ ਨਾ ਉੱਥੇ ਜੋ ਕੁਝ ਵੀ ਭਾਈ ਰਾਏ ਸਿੰਘ ਨੇ ਨਿਹਾਰਿਆ ਸੀ ਉਹ ਗੁਰੂ ਰਾਮ ਸਿੰਘ ਪਹਿਲਾਂ ਹੀ ਉਹਨੂੰ ਦੱਸੀ ਜਾਂਦੇ ਨੇ ਉਹ ਬਚਨ ਸਾਰੇ ਉਹ ਗੱਲਾਂ ਸਾਰੀਆਂ ਉਹ ਘਟਨਾ ਸਾਰੀਆਂ ਗੁਰੂ ਰਾਮ ਸਿੰਘ ਮਹਾਰਾਜ ਆਪ ਯੋ ਨੂੰ ਸੁਨਾਈ ਜਾਂਦੇ ਨੇ ਦੱਸੀ ਜਾਂਦੇ ਨੇ ਪਹਿਲਾਂ ਹੀ ਆਖੀ ਜਾਂਦੇ ਹਨ ਸੁਨੇ ਸੁਨੇ ਸੰਗਤ ਮੋ ਆਏ ਇਦਾਂ ਹੌਲੀ ਹੌਲੀ ਚੱਲਦਿਆਂ ਜਿੱਥੇ ਗੁਰੂ ਦੇ ਪਿਆਰੇ ਸਿੱਖ ਨੇ ਸੰਗਤ ਹੈ ਉਥੇ ਆ ਗਏ ਹਨ ਵੇਖਾ ਸਿੰਘ ਨ ਦ੍ਰਿਸ਼ਟਿ ਲਗਾਈ ਸਿੰਘਾਂ ਨੇ ਵੇਖਿਆ ਗੁਰੂ ਦੇ ਪਿਆਰੇ ਸਿੱਧਕੀ ਸਿੱਖ ਭਾਈ ਰਾਏ ਸਿੰਘ ਨੂੰ ਸਿੰਘਿਆ ਹੈ ਇੱਕ ਗੁਰ ਕੇ ਸੰਗਾ ਵੇਖਿਆ ਸਿੰਘਾਂ ਨੇ ਵੀ ਇੱਕ ਸਿੰਘ ਆ ਰਿਹਾ ਸਤਗੁਰਾਂ ਦੇ ਨਾਲ ਖਾਰੀ ਬੰਦਨਾ ਉਠਕਾਰ ਵੰਗਾ ਸਾਰੇ ਸਿੱਖ ਜਿਹੜੇ ਉੱਠ ਕੇ ਖਲੋ ਗਏ ਨੇ ਨਾਲੇ ਭਾਈ ਰਾਏ ਸਿੰਘ ਨੂੰ ਨਿਹਾਰਿਆ ਨਾਲੇ ਗੁਰੂ ਦਾ ਦਰਸ਼ਨ ਕਰਦਿਆਂ ਬੰਦਨਾ ਕੀਤੀ ਹੈ ਰਾਏ ਸਿੰਘ ਦਿਖੋ ਇਹ ਚੋਜ ਭਾਈ ਰਾਏ ਸਿੰਘ ਨੇ ਇਹ ਚੋਜ ਵੇਖਿਆ ਭਾਈ ਰਾਏ ਸਿੰਘ ਨੇ ਇਹ ਗੁਰੂ ਦਾ ਮੋਜਜਾ ਵੇਖਿਆ ਹੈ ਬੈਠੀ ਸਿੰਘਣ ਕੀ ਇੱਕ ਫੌਜ ਕੀ ਵੇਖਿਆ ਭਾਈ ਰਾਏ ਸਿੰਘ ਨੇ ਕਿ ਸਿੰਘਾਂ ਦੀ ਫੌਜ ਜਿਹੜੀ ਆ ਉਹ ਬੈਠੀ ਹੋਈ ਹੈ ਦੇਖ ਖੇਲ ਮਨ ਮਹਿ ਬਿਸਮਾਇਓ ਭਾਈ ਰਾਏ ਸਿੰਘ ਗੁਰੂ ਦਾ ਅਚਰਜ ਜਿਹੜਾ ਕੌਤਕ ਵੇਖ ਕੇ ਬੜਾ ਹੈਰਾਨ ਹੋਇਆ ਹੈ ਨਾਰੀ ਨਰ ਮੇਲਾ ਸਮੁਦਾਇ ਵੇਖਿਆ ਕਿ ਕਿੰਨੇ ਪੁਰਸ਼ ਨਾਰੀਆਂ ਗੁਰੂ ਦੇ ਚਰਨਾਂ ਦੇ ਸੇਵਕ ਬਣ ਗਏ ਹਨ ਮਾਝ ਦੇਸ ਮਾਲਵ ਸੇ ਸੰਗਤ ਮਾਜੇ ਦੀ ਸੰਗਤ ਹੈ ਮਾਲਵੇ ਦੀ ਸੰਗਤ ਹੈ ਬੈਠੀ ਇਕ ਲਗੀਤ ਹੈ ਪੰਗਤ ਵੇਖਿਆ ਕਿ ਇਦਾਂ ਪੰਗਤ ਲੱਗੀ ਹੋਈ ਐ ਸੰਗਤ ਜਿਹੜੀ ਉਹ ਬੈਠੀ ਹੋਈ ਹੈ ਸ਼ੈਨਨ ਢੋਲ ਕ ਕੀ ਤੋਂ ਨ ਲਾਗੀ ਕਹਿੰਦੇ ਨੇ ਢੋਲ ਕੀ ਤੇ ਸ਼ੈਨਿਆਂ ਦੀ ਤੁੰਕਾਰ ਲੱਗੀ ਹੋਈ ਐ ਗੁਰਮਖੋ ਢੋਲ ਕੀ ਸ਼ੈਨਿਆਂ ਦਾ ਕੀਰਤਨ ਹੈ ਗੁਰੂ ਰਾਮ ਸਿੰਘ ਮਹਾਰਾਜ ਦੀ ਦੇਨ ਐ ਇਹ ਹੱਲੇ ਦਾ ਦੀਵਾਨ ਸਤਿਗੁਰੂ ਰਾਮ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਰੋਲ ਕੀ ਸ਼ੈਣਿਆਂ ਦੀ ਭਾਈ ਜੀ ਕਹਿੰਦੇ ਨੇ ਕੁਨਕਾਰ ਲੱਗੀ ਹੋਈ ਹੈ ਸ਼ਬਦ ਪੜਤ ਸਿੰਗ ਹੋਤ ਵਾਰਾਗੀ ਬੜੇ ਹੀ ਪ੍ਰੇਮ ਦੇ ਨਾਲ ਬੜੇ ਹੀ ਰਸ ਭਿੰਨੇ ਸ਼ਬਦ ਬੜੇ ਵਿਰਾਗ ਮਈ ਪ੍ਰੇਮ ਦੇ ਵਿੱਚ ਗਡੋਚ ਸ਼ਬਦ ਸਿੱਖ ਪੜਦੇ ਪੈ ਹਨ ਗੁਰੂ ਨਾਨਕ ਕੀ ਅਮਰਤ ਬਾਣੀ ਕਹਿੰਦੇ ਕਿਹੜੀ ਬਾਣੀ ਪੜਦੇ ਨੇ ਗੁਰੂ ਨਾਨਕ ਦੀ ਅਮਰਤਮਈ ਬਾਣੀ ਗੁਰੂ ਨਾਨਕ ਦੀ ਪਿਆਰ ਵਾਲੀ ਬਾਣੀ ਜੋ ਹੈ ਬਾਣੀ ਸਭ ਹੂ ਕੋ ਮਨ ਪਾਣੀ ਉਹ ਬਾਣੀ ਜਿਹੜੇ ਸਬਦੇ ਜੋ ਸਬਦੇ ਮਨਾਂ ਨੂੰ ਭਾਉਂਦੀ ਹੈ ਪਿਆਰੀ ਲੱਗਦੀ ਹੈ ਬਾਣੀ ਜਿਨ ਨੇ ਸੱਚ ਕਰ ਜਾਣੀ ਕਹਿੰਦੇ ਨੇ ਬਾਣੀ ਜਿਨ੍ਹਾਂ ਨੇ ਨਿਸ਼ਚੇ ਕਰਕੇ ਜਾਣਿਆ ਜਿਨ੍ਹਾਂ ਨੇ ਸਿੱਧਕ ਕਰਕੇ ਜਾਣਿਆ ਜਿਨ੍ਹਾਂ ਨੇ ਬਾਣੀ ਤੇ ਭਰੋਸਾ ਕੀਤਾ ਹੈ ਜਾਣੀ I'm a ਉਹਨਾਂ ਬੰਦਿਆਂ ਦੀਆਂ ਜਮ੍ਹਾਂ ਦੀਆਂ ਜਿਹੜੀਆਂ ਕਾਣਾ ਸੀ ਉਹ ਛੁੱਟ ਗਈਆਂ ਜਮ੍ਹਾਂ ਦੇ ਆ ਫਾਇਆਂ ਕੱਟੀਆਂ ਗਈਆਂ ਜਿਨ੍ਹਾਂ ਬਾਣੀ ਤੇ ਭਰੋਸਾ ਕੀਤਾ ਹੈ ਬਾਣੀ ਮੋਜ ਤਿਨ ਮੁਖਤਾਣੀ ਉਹਨਾਂ ਨੇ ਮੁਕਤੀ ਵਾਲੀ ਮੋਜ ਨੂੰ ਮਾਨ ਲਿਆ ਜਿਹੜੇ ਬਾਣੀ ਨੂੰ ਜਿਨ੍ਹਾਂ ਨਿਚੇ ਕਰ ਜਾਣਿਆ ਅਤੇ ਮੰਨਿਆ ਹੈ ਬਾਣੀ ਸਿੱਖਣ ਹੈ ਤਵਖਾਣ ਉਹ ਬਾਣੀ ਜਿਹੜੀ ਸਿੱਖਾਂ ਦੇ ਵਾਸਤੇ ਗੁਰੂ ਜੀ ਨੇ ਉਚਾਰੀ ਹੈ ਬਾਣੀ ਚਾਰ ਜਪੈ ਨਿਰਵਾਣੀ ਕਹਿੰਦੇ ਜਿਹੜਾ ਵੀ ਬੰਦਾ ਇਸ ਬਾਣੀ ਨੂੰ ਜਪੇਗਾ ਮੰਨੇਗਾ ਅਥਵਾ ਚਾਰ ਖਾਣੀਆਂ ਦੇ ਵਿੱਚ ਉਹਨੂੰ ਬਾਰ ਬਾਰ ਨਹੀਂ ਆਉਣਾ ਪਵੇਗਾ ਦੂਜਾ ਅਰਥ ਹੈ ਕਿ ਚਾਰੇ ਹੀ ਖਾਣੀਆਂ ਜਿਹੜੀਆਂ ਉਹ ਨਿਰਵਾਣ ਤੋਂ ਭਾਵ ਮੁਕਤ ਹੋ ਜਾਣਗੀਆਂ ਨਿਰਵਾਣੀ ਜਾਣੀ ਗੁਣ ਖਾਣੀ ਜਿਨ੍ਹਾਂ ਨੇ ਐਸੀ ਗੁਣ ਖਾਣੀ ਬਾਣੀ ਨੂੰ ਜਾਣਿਆ अथवा ਜਿਨ੍ਹਾਂ ਜਾਣਿਆ ਉਹ ਗੁਣਾ ਦੀ ਖਾਣ ਬਣ ਗਏ ਹਨ ਗੁਣ ਖਾਣੀ ਸਤ ਗੁਰ ਸੁਖ ਦਾਣੀ ਕਹਿੰਦੇ ਨੇ ਸੁੱਖਾਂ ਦੀ ਦਾਨੀ अथवा ਗੁਰੂ ਜੋ ਸੁੱਖਾਂ ਦੇ ਦਾਨੀ ਹਨ ਉਹਨਾਂ ਦੀ ਇਹ ਗੁਣ ਖਾਣੀ ਬਾਣੀ ਹੈ ਬਾਣੀ ਚਾਰ ਪਦਾਰ ਚਾਰ ਵਥ ਮਹਾਰਾਣੀ ਕਹਿੰਦੇ ਨੇ ਚਾਰ ਵਥ ਮੈਨੇ ਚਾਰ ਵਸਤੂਆਂ ਦੇ ਦੇਣ ਵਾਲੀ ਇਹ ਸਭ ਦੀ ਸਿਰ ਮੌਰ ਬਾਣੀ ਹੈ ਰਾਣੀ ਦੁਰਬਦ ਕਰੇ ਸਿਆਣੀ ਤੇ ਜਿਹੜੇ ਮਨੁੱਖਾਂ ਨੇ ਇਸ ਨੂੰ ਹਿਰਦੇ ਚ ਧਾਰਿਆ ਉਹਨਾਂ ਦੀ ਦੁਰਬੁੱਧੀ ਵੀ ਸ਼੍ਰੇਸ਼ਟ ਬਣ ਗਈ ਹੈ ਰਾਣੀ ਏਣੇ ਨਿਸ਼ਚੈ ਮਨ ਠਾਣੀ ਜਿਨ੍ਹਾਂ ਨੇ ਮਨ ਵਿੱਚ ਨਿਸ਼ਚੇ ਕਰ ਲਿਆ ਜਿਨ੍ਹਾਂ ਨੇ ਯਕੀਨ ਕਰ ਲਿਆ ਜਿਨ੍ਹਾਂ ਨੇ ਮਨ ਵਿੱਚ ਗੁਰੂ ਦੇ ਬਚਨਾਂ ਨੂੰ ਧਾਰਨ ਕਰ ਲਿਆ ਠਾਣੀ ਮਿਲੇ ਸਸਾਰੰਗ ਪਾਣੀ ਕਹਿੰਦੇ ਨੇ ਇਸ ਬਾਣੀ ਨੂੰ ਹਿਰਦੇ ਚ ਠਾਨ ਮੈਨੇ ਠਾਨਣਾ ਜਿਨ੍ਹਾਂ ਨੇ ਨਿਸ਼ਚੇ ਕੀਤਾ ਉਹਨਾਂ ਨੂੰ ਸਾਰੰਗ ਪਾਣੀ ਪ੍ਰਭੂ ਦੀ ਪ੍ਰਾਪਤੀ ਹੋਈ ਹੈ ਪਾਣੀ ਸਮ ਲੂ ਲੂ ਵਿਚ ਤਾਣੀ ਜਿੱਦਾਂ ਪਾਣੀ ਲੂ ਲੂ ਵਿੱਚ ਰਮਿਆ ਹੋਇਆ ਨਾ ਇਹ ਤਾਂ ਕਹਿੰਦੇ ਲੂ ਲੂ ਦੇ ਵਿੱਚ ਪ੍ਰਤੱਖ ਉਹਨਾਂ ਨੇ ਵਰਤਦੀ ਵੇਖੀ ਹੈ ਸੋ ਬਾਣੀ ਪੜ ਹੈ ਸਹਿ ਪ੍ਰਮਾ ਉਹ ਬਾਣੀ ਪੜਦੇ ਪੈ ਨੇ ਸਿੱਖ ਭਾਈ ਰਾਏ ਸਿੰਘ ਨੇ ਆਣ ਕੇ ਵੇਖਿਆ ਪ੍ਰੇਮ ਦੇ ਨਾਲ ਸਿੱਖ ਬਾਣੀ ਪੜਦੇ ਹਨ ਪੜਤ ਸੁਣਤ ਜਾ ਕੋ ਲੈ ਖਿਮਾ ਜਿੰਨੂੰ ਪੜਨ ਸੁਣਨ ਦੇ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਸਤ ਵਰ ਕੋ ਤ ਤਣਿਆ ਵੇਖਿਆ ਸਤਗੁਰਾਂ ਦਾ ਖੇਮਾ ਤਣਿਆ ਹੈ ਚੰਦੋਆ ਲੱਗਾ ਹੋਇਆ ਹੈ ਢੋਲਕ ਜਬਦ ਖੂਬ ਰੰਗ ਬਣਿਆ ਢੋਲਕੀਆਂ ਸ਼ੈਣਿਆਂ ਦਾ ਰੰਗ ਬਣਿਆ ਹੈ ਢੋਲਕੀ ਸ਼ੈਣੇ ਵੱਜਦੇ ਨੇ ਹੱਲੇ ਦੇ ਸ਼ਬਦ ਪੜਦੇ ਪੈ ਹਨ ਰਾਏ ਸਿੰਘ ਹੋ ਆ ਬਿਸਮਾਦ ਰਾਏ ਸਿੰਘ ਬੜਾ ਬਿਸਮਾਦ ਹੋਇਆ ਬੜਾ ਆਨੰਦਤ ਵੀ ਹੋਇਆ ਅਤੇ ਗੁਰੂ ਦੇ ਕੌਤਕ ਵੇਖ ਕੇ ਹੈਰਾਨ ਵੀ ਹੁੰਦਾ ਵਿਸਮਾਦਤ ਹੁੰਦਾ ਹੈ ਪੂਰਨ ਇਹ ਗੁਰ ਆਦਿ ਜੁਗਾਦ ਕਹਿੰਦਾ ਇਹ ਗੁਰੂ ਪੂਰਨ ਹੈ ਆਦਿ ਜੁਗਾਦ ਤੋਂ ਇਹ ਗੁਰੂ ਰਾਮ ਸਿੰਘ ਮਹਾਰਾਜ ਜੀ ਹਨ ਆਸਣ ਨਿਰਸਤ ਗੁਰੂ ਤੇ ਰਾਏ ਗੁਰੂ ਰਾਮ ਸਿੰਘ ਆਪਣੇ ਆਸਣ ਤੇ ਬਿਰਾਜਮਾਨ ਹੋਏ ਹਨ ਗੁਰੂ ਰਾਮ ਸਿੰਘ ਰਾਜਨ ਉਹ ਗੁਰੂ ਰਾਮ ਸਿੰਘ ਜਿਹੜੇ ਰਾਜਿਆਂ ਦੇ ਵੀ ਰਾਜੇ ਨੇ ਅਥਵਾ ਰਾਜਿਆਂ ਨੂੰ ਬਣਾਉਣ ਵਾਲੇ ਹਨ ਸਤ ਸ੍ਰੀ ਅਕਾਲ ਗਜਾਇ ਭਾਈ ਰਾਏ ਸਿੰਘ ਨੇ ਸਾਰਿਆਂ ਨੂੰ ਫਤੇ ਬੁਲਾਈ ਸਤ ਸ੍ਰੀ ਅਕਾਲ ਬੁਲਾਈ ਹੈ ਸਤਰ ਸੰਗਣ ਸੰਗ ਬਿਠਾਏ ਸਾਰਿਆਂ ਸਿੰਘਾਂ ਨੇ ਬੜੇ ਆਦਰ ਨਾਲ ਭਾਈ ਰਾਏ ਸਿੰਘ ਨੂੰ ਆਪਣੇ ਕੋਲ ਬਿਠਾਇਆ ਹੈ ਸਤਰ ਸੇਲ ਕਰ ਖਾਲਸੇ ਰਾਏ ਸਿੰਘ ਕੇ ਪਾਸ ਇਦਾਂ ਦਰਸ਼ਨ ਮੇਲਾ ਕੀਤਾ ਭਾਈ ਰਾਏ ਸਿੰਘ ਨੇ ਤੇ ਖਾਲਸੇ ਨੇ ਭਾਈ ਰਾਏ ਸਿੰਘ ਦਾ ਗੁਰ ਨਗਰੀ ਸਾਖੀ ਪੁੱਛੀ ਸਰਬ ਸੁਣਾ ਇਤਿਹਾਸ ਭਾਈ ਰਾਏ ਸਿੰਘ ਨੂੰ ਗੁਰੂ ਦੀ ਨਗਰੀ ਦੀ ਸਾਖੀ ਪੁੱਛਦੇ ਨੇ ਭਾਈ ਰਾਏ ਸਿਆ ਤੂੰ ਗਿਆ ਸਾਂ 10 ਫਿਰ ਕੀ ਕੁਝ ਰਾਹ ਵਿੱਚ ਵਰਤਿਆ ਕੀ ਕੁਝ ਤੂੰ ਗੁਰੂ ਕੀ ਨਗਰੀ ਵੇਖਿਆ ਕਿਵੇਂ ਤੂੰ ਦਰਸ਼ਨ ਕੀਤਾ ਕੀ ਕੀ ਦਰਸ਼ਨ ਕੀਤਾ ਭਾਈ ਰਾਏ ਸਿੰਘ ਨੂੰ ਸਾਰਾ ਇਤਿਹਾਸ ਪੁੱਛਦੇ ਪੈ ਹਨ ਦਾਤ ਤੈਨ ਸਭ ਆਖ ਸੁਣਾਈ ਭਾਈ ਰਾਏ ਸਿੰਘ ਨੇ ਸਾਰੀ ਹੀ ਕਥਾ ਗਾਤਾ ਉਹਨਾਂ ਸਿੱਖਾਂ ਨੂੰ ਬੜੇ ਪ੍ਰੇਮ ਦੇ ਨਾਲ ਸੁਣਾਈ ਹੈ ਸੇਰ ਪਰਾਮਗਮੇ ਮਯਾ ਜਿੱਦਾਂ ਜਿੱਦਾਂ ਰਸਤੇ 'ਚ ਸ਼ੇਰ ਪਿਆਸੀ ਸਭ ਦੱਸਦਾ ਪਿਆ ਹੈ ਸਾਧ ਗੁਰ ਜਿਸ ਬਿਦਤਾ ਹੈ ਬਚਾਇਓ ਜਿੱਦਾਂ ਗੁਰੂ ਰਾਮ ਸਿੰਘ ਨੇ ਉਹ ਸ਼ੇਰ ਤੋਂ ਬਚਾਇਆ ਸਭ ਕੁਝ ਚੰਗੀ ਤਰ੍ਹਾਂ ਦੱਸਿਆ ਹੈ ਰਾਗ ਬਿਲਾਵਲ ਜਬਦ ਸੁਣਾ ਜਿਹੜਾ ਸ਼ਬਦ ਵੀ ਸੁਨਾਇਆ ਗੁਰੂ ਰਾਮ ਸਿੰਘ ਨੇ ਆਪ ਤਾਤੀ ਵਾਉ ਨਾ ਲਾਗਾਈ ਪਾਰ ਬ੍ਰਹਮ ਸਰਨਾਈ ਜੋ ਗਿਰਤ ਹਮਾਰੇ RAM ਕਾਰ ਦੁਖ ਲੱਗਾ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ RAM ਨਾਮ ਔਖਦ ਦਿਆ ਏਕਾਲੇ ਬਲਾਈ ਸਾਰਾ ਸ਼ਬਦ ਗੁਰੂ ਰਾਮ ਸਿੰਘ ਨੇ ਆਪਣੀ ਰਸਨਾ ਤੋਂ ਜਿਹੜਾ ਸੁਨਾਇਆ ਸੀ ਸਿੱਖਾਂ ਨੂੰ ਉਦਾਂ ਹੀ ਸਾਰੀਆਂ ਕਟਣਾਵਾਂ ਦੱਸਦਾ ਪਿਆ ਹੈ। ਉਹ ਸਿਹਤ ਜਮ ਪੇਜੀ ਥਾਤੀ ਦੱਸਿਆ ਭਾਈ ਰਾਏ ਸਿੰਘ ਨੇ ਕਿ ਮੇਰੇ ਕੋਲੋਂ ਖਰਚ ਜਿਵੇਂ ਮੁੱਕ ਗਿਆ ਤੇ ਜਿਵੇਂ ਮੈਨੂੰ ਸਤਗੁਰਾਂ ਥੈਲੀ ਦਿੱਤੀ ਪੈਸੇ ਦਿੱਤੇ ਧਨ ਪਹੁੰਚਾਇਆ ਹੈ। ਸਰਬ ਸਾਖੀ ਬਖਿਆਤ ਸਾਰੀ ਸਾਖੀ ਭਾਈ ਰਾਏ ਸਿੰਘ ਨੇ ਆਪਣੇ ਨਾਲਦਿਆਂ ਨੂੰ ਗੁਰ ਭਾਈਆਂ ਨੂੰ ਦੱਸੀ ਹੈ ਗੁਰਦੁਆਰੇ ਕੀ ਦੀ ਸਾਰੀ ਗੁਰੂ ਦਵਾਰੇ ਦੀ ਸਾਰੀ ਰੀਤੀ ਮਰਜ਼ਾਦਾ ਜੋ ਕੁਝ ਹੈ ਸਾਬ ਸਿੰਘਾਂ ਨੇ ਪ੍ਰਤੀ ਲਿਖੀ ਦਿਖਾਈ ਜਿਹੜੀ ਲਿਖ ਕੇ ਲਿਆਂਦੀ ਸੀ ਭਾਈ ਰਾਏ ਸਿੰਘ ਨੇ ਤਿੰਨ ਮਹੀਨੇ ਰਹਿ ਕੇ ਉਹ ਸਾਰੀ ਸਿੱਖਾਂ ਨੂੰ ਦਿਖਾਈ ਹੈ ਸਾਰੀ ਸਿੰਘਾਂ ਚਤਇਤ ਸਾਥ ਉਹ ਸਾਰੇ ਸਿੰਘਾਂ ਨੇ ਬੜੇ ਪ੍ਰੇਮ ਨਾਲ ਸੁਣੀ ਅਤੇ ਹਿਰਦੇ ਚ ਧਾਰਨ ਕੀਤੀ ਹੈ ਦੇਖਿਓ ਰਾਏ ਸਿੰਘ ਕੋ ਮਾਥ ਕਹਿੰਦੇ ਭਾਈ ਰਾਏ ਸਿਆਂ ਧਾਨਿਆਂ ਤੋਂ ਜਿਨਨੇ ਗੁਰੂ ਦਾ ਬਚਨ ਮੰਨਿਆ ਜਿਨਨੇ ਗੁਰੂ ਦਾ ਬਚਨ ਮੰਨ ਕੇ ਸੇਵਾ ਕਮਾਈ ਏ ਜਿਨਨੇ ਸਤਗੁਰੂ ਦੀ ਆਗਿਆ ਮੰਨ ਕੇ ਐਡੀ ਵੱਡੀ ਸੇਵਾ ਕੀਤੀ ਏ ਉਹ ਭਾਈ ਰਾਏ ਸਿਆ ਤੂੰ ਧਾਨਿਆ ਉਹ ਭਾਈ ਰਾਏ ਸਿਆ ਤੇਰੇ ਤੋਂ ਬਲਹਾਰ ਜਾਈਏ ਸਾਰੇ ਸਿੱਖਾਂ ਨੇ ਵਾਰੀ ਵਾਰੀ ਭਾਈ ਰਾਏ ਸਿੰਘ ਦੇ ਚਰਨੀ ਮੱਥਾ ਟੇਕਿਆ ਹੈ ਧਨ ਭਾਗ ਪਾਈ ਜੀ ਤੇਰਾ ਭਾਈ ਰਾਏ ਸਿਆ ਧਨ ਭਾਗ ਨੇ ਤੇਰੇ ਭਾਈ ਜੀ ਸੇਵ ਕਰੀ ਗੁਰਦੁਆਰ ਉਹ ਸੇਵਾ ਕੀਤੀ ਜਾ ਕੇ ਗੁਰੂ ਦੇ ਦਵਾਰੇ ਦੇ ਦਰਸ਼ਨ ਕੀਤੇ ਹਨ ਰਾਏ ਸਿੰਘ ਤਬ ਅਰਜ ਗੁਜਾਰੀ ਭਾਈ ਰਾਏ ਸਿੰਘ ਨੇ ਅਰਜ ਗੁਜਾਰੀ ਬੇਨਤੀ ਕੀਤੀ ਹੈ ਕਿਰਪਾ ਗੁਰ ਸਿੰਘਣ ਕੀ ਸਾਰੀ ਗੁਰਮਖ ਪਿਆਰਿਓ ਭਾਈ ਰਾਏ ਸਿੰਘ ਨੇ ਨਾਲੇ ਸਾਰੀ ਕਥਾ ਸੁਣਾਈ ਰਾਹ ਦੀ ਗੁਰਦੁਆਰੇ ਦੀ ਸ਼ੇਰ ਜਿਵੇਂ ਪਿਆ ਤੇ ਜਿਵੇਂ ਗੁਰੂ ਰੱਖਿਆ ਕੀਤੀ ਜਿਵੇਂ ਰਾਹ ਵਿੱਚ ਧੰਨ ਮੁਕਿਆ ਤੇ ਗੁਰੂ ਪੈਸੇ ਪੁਚਾਏ ਭਾਈ ਰਾਏ ਸਿੰਘ ਨੇ ਆਖਿਆ ਓਏ ਸੱਜਣੋ ਜੇ ਕੋਈ ਬੰਦਾ ਹੋਰ ਹੁੰਦਾ ਤੇ ਪਾਵੇਂ ਡੋਲ ਜਾਂਦਾ ਰੁੱਲ ਜਾਂਦਾ ਖੁੱਲ ਜਾਂਦਾ ਕਿਸੇ ਵੀ ਤਰੀਕੇ ਨਾਲ ਪਹਿਲੀ ਗੱਲ ਤੇ ਗੁਰੂ ਦੀ ਕਿਰਪਾ ਨਾਲ ਤੋਂ ਬਿਨਾ ਕੋਈ ਜਾ ਹੀ ਨਹੀਂ ਸਕਦਾ ਮੈਨੂੰ ਯਕੀਨ ਸੀ ਆਪਣੇ ਮਨ ਵਿੱਚ ਕਿ ਮੇਰੇ ਸਤਿਗੁਰੂ ਨੇ ਮੈਨੂੰ ਭੇਜਿਆ ਮੇਰਾ ਗੁਰੂ ਮੇਰੇ ਨਾਲ ਆ ਮੇਰਾ ਪਾਤਸ਼ਾਹ ਗੁਰੂ ਰਾਮ ਸਿੰਘ ਮਹਾਰਾਜ ਮੇਰੇ ਅੰਗ ਸੰਗ ਹੈ ਤੇ ਮੈਨੂੰ ਜਿਹੜਾ ਮੈਨੂੰ ਵਿਸ਼ਵਾਸ ਸੀ ਗੁਰੂ ਨੇ ਮੇਰੇ ਵਿਸ਼ਵਾਸ ਦੀ लाज ਰੱਖੀ ਗੁਰੂ ਨੇ ਮੇਰੇ ਵਿਸ਼ਵਾਸ ਨੂੰ ਸਾਰਥਕ ਕਰ ਦਿੱਤਾ ਗੁਰਮੁਖ ਪਿਆਰਿਓ ਗੁਰੂ ਜਿਨ੍ਹਾਂ ਦੇ ਨਾਲ ਹੋਵੇ ਗੁਰੂ ਜਿਨ੍ਹਾਂ ਦੀ ਬਾਹ ਫੜੇ ਗੁਰੂ ਜਿਨ੍ਹਾਂ ਦੇ ਸਿਰ ਤੇ ਹੱਥ ਰੱਖਦਾ ਹੈ ਉਹਨਾਂ ਨੂੰ ਫਿਰ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ ਰੁੱਲਣਾ ਨਹੀਂ ਪੈਂਦਾ ਉਹਨਾਂ ਨੂੰ ਫਿਰ ਗੁਰਮੁਖ ਪਿਆਰਿਓ ਪਰੇਸ਼ਾਨ ਜਾਂ ਮਰ ਨਹੀਂ ਉਹਨਾਂ ਦਾ ਫਿਰ ਡਿੱਗਦਾ ਟੈਂਦਾ ਜਾਂ ਦਰਦਰ ਦੇ ਉੱਤੇ ਭੜਕਦਾ ਫਿਰਦਾ ਕੁਝ ਇਦਾਂ ਦੇ ਭਾਵ ਸੀ ਭਾਈ ਰਾਏ ਸਿੰਘ ਨਾਲੇ ਕਥਾ ਜਿਵੇਂ ਜਿਵੇਂ ਸੁਣਾਉਂਦਾ ਹੈ ਉਵੇਂ ਹੀ ਉਵੇਂ ਹੀ ਆਪਣੇ ਗੁਰੂ ਤੋਂ ਇੱਕ ਇੱਕ ਸ਼ਬਦ ਦੇ ਨਾਲ ਬਲਿਹਾਰਨੇ ਜਾਂਦਾ ਓਏ ਮੈਂ ਆਪਣੇ ਗੁਰੂ ਤੋਂ ਵਾਰਨੇ ਜਾਵਾਂ ਜਿਹੜਾ ਐਦਾਂ ਦੀ ਕਿਰਪਾ ਕਰਨ ਵਾਲਾ ਉਹ ਕਹਿੰਦਾ ਗੁਰੂ ਜਿਨ੍ਹਾਂ ਗੁਰੂ ਜਿਨ੍ਹਾਂ ਦੀ ਪੜ ਲੈ ਬਾ ਕਦੇ ਵੀਰੁਲ ਦੇ ਨਾ ਗੁਰੂ ਜਿਨਾਂ ਦੀ ਪੜ ਲੈ ਬਾ ਕਦੇ ਵੀਰੁਲ ਦੇਨਾ ਚਰਨਾ ਵਿੱਚ ਮਿਲ ਜੈ ਥਾ ਕਦੇ ਵੀਰੁਲ ਦੇਨਾ ਹਾਂ ਕਦੇ ਵੀਰੁਲ ਦੇਨਾ ਉਹ ਦੁਨੀਆ ਵੇਖੇ ਮਿਟੌਂਦਾ ਏ ਨਿਮਾਨਿਆਂ ਦੇ ਕਹਿਮਾਨ ਤੇ ਗੱਲ ਨਾਲ ਲਾਉਂਦਾ ਏ ਤੇ ਗੱਲ ਨਾਲ ਲਾਉਂਦਾ ਏ ਜਿੰਨਾਂ ਨੂੰ ਲਵੇ ਆਪਣਾ ਰੁਲ ਦੇਨਾ ਗੁਰੂ ਜੀ ਨਾ ਦੀ ਪੜ ਲੈ ਬਾਂ ਕਦੇ ਵੀਰੁਲ ਦੇਨਾ ਕਦੇ ਵੀਰੁਲ ਦੇਨਾ ਕਰੋਧ ਇਰਖਾ ਤ੍ਰਿਸ਼ਨਾ ਅਗਨੀ ਬਲ ਦिए ਕਰ ਕਰ ਲੱਗੀ ਅੱਗ ਤੇ ਦੁਨੀਆਂ ਜਲਦੀ ਏ ਹਾਂ ਦੁਨੀਆਂ ਜਲਦੀ ਏ ਗੁਰੂ ਮੇਰ ਦੀ ਠੰਡੀ ਛਾਂ ਗੁਰੂ ਮੇਰ ਦੀ ਠੰਡੀ ਛਾਂ ਕਦੇ ਵੀਰੁਲ ਦੇਨਾ ਨਾ ਦੀ ਫੜ ਲੈ ਬਾ ਕਦੇ ਵੀਰੁਲ ਦੇਨਾ ਕਦੇ ਵੀਰੁਲ ਦੇਨਾ ਚਰਨਾ ਵਿੱਚ ਮਿਲ ਜਾਏ ਥਾ ਚਰਨਾ ਵਿੱਚ ਮਿਲ ਜਾਏ ਥਾ ਕਦੇ ਵੀਰੁਲ ਦੇਨਾ ਗੁਰੂ ਜੀਨਾ ਦੀ ਫੜ ਲੈ ਬਾਂ ਕਦੇ ਵੀਰੁਲ ਦੇਨਾ ਕਦੇ ਵੀਰੁਲ ਦੇਨਾ ਬਸ ਮੈਨੂੰ ਤੇ ਇੱਕੋ ਸੁਹਾਰਾ ਕਾਫੀ ਏ ਬਸ ਮੈਨੂੰ ਤੇ ਇੱਕੋ ਸਹਾਰਾ ਕਾਫੀ ਏ ਨਿਭ ਜਾਏ ਦੇ ਨਾਲ ਪਿਆਰਾ ਕਾਫੀ ਏ ਪਿਆਰਾ ਕਾਫੀ ਏ ਓ ਜੇ ਆਪ ਨੇ ਭਾਵੇ ਤਾ ਜੇ ਆਪ ਨੇ ਭਾਵੇ ਤਾ ਕਦੇ ਵੀਰੁਲ ਦੇਨਾ ਗੁਰੂ ਜਿਨਾਂ ਦੀ ਪੜ ਲੈ ਬਾਂ ਕਦੇ ਵੀਰੁਲ ਦੇਨਾ ਹਾਂ ਕਦੇ ਵੀਰੁਲ ਦੇਨਾ ਚਰਨਾ ਵਿੱਚ ਮਿਲ ਜੈ ਥਾ ਚਰਨਾ ਵਿੱਚ ਮਿਲ ਜੈ ਥਾ ਕਦੇ ਵੀਰੁਲ ਦੇਨਾ ਗੁਰੂ ਜੀ ਨਾਂ ਦੀ ਪੜ ਲੈ ਬਾਂ ਕਦੇ ਵੀਰੁਲ ਦੇਨਾ ਕਦੇ ਵੀਰੁਲ ਦੇਨਾ ਗੁਰਮੁਖ ਪਿਆਰੇਓ ਇਹ ਗੱਲ ਪੱਕੀ ਹੈ ਸਤਗੁਰੂ ਜਿਹਦੀ ਬਾਹ ਫੜੇ ਉਹਨੂੰ ਦਰਦਰ ਤੇ ਰੋਲਣਾ ਨਹੀਂ ਪੈਂਦਾ ਤੱਕੇ ਨਹੀਂ ਖਾਣੇ ਪੈਂਦੇ ਜੂਨਾ ਚ ਨਹੀਂ ਭਟਕਣਾ ਪੈਂਦਾ ਐਸੇ ਕਰਕੇ ਭਗਤਾਂ ਨੇ ਬਾਣੀ ਵਿੱਚ ਕਿਹਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਕਿ ਗੁਰੂ ਜਿਨ੍ਹਾਂ ਦੀ ਬਾਹ ਫੜੇ ਫਿਰ ਉਹ ਡੁੱਲਦੇ ਨਹੀਂ ਉਹਨਾਂ ਨੇ ਪੁਕਾਰ ਪੁਕਾਰ ਕੇ ਆਖਿਆ ਕਿ ਬਹੁਤ ਜਨਮ ਬਿਸ਼ੁਰੇ ਤੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਇਹੋ ਜਨਮ ਤੁਮਾਰੇ ਲਿਖੇ ਮਾਲਕਾ ਬੜੇ ਜਨਮਾਂ ਦੇ ਵਿਛੜੇ ਪਏ ਆ ਆ ਜਨਮ ਹੁਣ ਤੇਰੇ ਲਿਖੇ ਆ ਪਾਈ ਰਾਏ ਸਿੰਘ ਨੇ ਨਾਲੇ ਸਿੱਖਾਂ ਨੂੰ ਕਥਾ ਸੁਣਾਈ ਨਾਲ ਆਖਿਆ ਓ ਗੁਰੂ ਰਾਮ ਸਿੰਘ ਮਹਾਰਾਜ ਪਾਤਸ਼ਾ ਅਜੀਬ ਗੁਰੂ ਮੈਨੂੰ ਮਿਲਿਆ ਓ ਪ੍ਰਤੱਖ ਸਤਗੁਰੂ ਮਿਲਿਆ ਜਿਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਤੇ ਦਇਆ ਕੀਤੀ ਮੈਨੂੰ ਚਰਨਾਂ ਨ ਲਾਇਆ ਮੇਰੀ ਬਾਹ ਪੜੀ ਤੇ ਮੈਨੂੰ ਰੋਲ ਨਹੀਂ ਦਿੱਤਾ ਹੈ ਆਖਿਓ ਦੇ ਕਰ ਹੱਥ ਮੈਨੂੰ ਹੱਥ ਦੇ ਕੇ ਗੁਰੂ ਨੇ ਰੱਖਿਆ ਹੈ ਸ੍ਰੀ ਸਤ ਗੁਰੂ ਮੂਰਤ ਰਗੁਨਾਥ ਕਹਿੰਦੇ ਰਗੁਨਾਥ ਐਸੇ ਗੁਰੂ ਮਹਾਰਾਜ ਦੀ ਮੂਰਤ ਪਿਆਰੀ ਹੈ ਹੱਥ ਕੋਈ ਭੂ ਲੋਰੇ ਗੁਰਬਾ ਸਜਣੋ ਕੋਈ ਭੁੱਲੋ ਨਾ ਕੋਈ ਮਨ ਵਿੱਚ ਭਰਮ ਨਾ ਲਿਆਵੋ ਏ ਗੁਰ ਸਾਚੂ ਸਦਾ ਸਹਾਈ ਏ ਗੁਰੂ ਰਾਮ ਸਿੰਘ ਸੱਚਾ ਗੁਰੂ ਜੇ ਏ ਉਹ ਗੁਰੂ ਰਾਮ ਸਿੰਘ ਆ ਜਿਹੜਾ ਸਦਾ ਸਹਾਇਤਾ ਕਰਦਾ ਏ ਏ ਉਹ ਗੁਰੂ ਰਾਮ ਸਿੰਘ ਆ ਜਿਹੜਾ ਹਰ ਸਮੇਂ ਹਰ ਵਕਤ ਹਰ ਜਗ੍ਹਾ ਸਹਾਈ ਹੁੰਦਾ ਹੈ ਜਗ ਬਿਖਾ ਤਰਤ ਅਵਤਾਰੇ ਜੁਗਾਂ ਜੁਗਾਂ ਵਿੱਚ ਗੁਰੂ ਅਵਤਾਰ ਧਾਰਦੇ ਹਨ ਦਸਨ ਹਿਤ ਭੂਆ ਭਾਰ ਉਤਾਰੇ ਆਪਣੇ ਦਾਸਾਂ ਦੇ ਵਾਸਤੇ ਗੁਰੂ ਆਉਂਦਾ ਧਰਤੀ ਦਾ ਭਾਰ ਉਤਾਰਨ ਵਾਸਤੇ ਸਤਗੁਰੂ ਆਉਂਦੇ ਨੇ ਇਦਾਂ ਹੀ ਗੁਰੂ ਅਵਤਾਰ ਧਰਦੇ ਹਨ ਖੁਸ਼ੀ ਅਰ ਸੰਗਤ ਸਾਰੀ ਕਹਿੰਦੇ ਨੇ ਇਦਾਂ ਸਾਰੀ ਸੰਗਤ ਅਤੇ ਸਤਿਗੁਰੂ ਜੀ ਭਾਈ ਸਿੰਘ ਕੋ ਧਨ ਉਜਾ ਉਹ ਕਹਿੰਦੇ ਨੇ ਭਾਈ ਰਾਏ ਸਿਆ ਤੂੰ ਧਨ ਸਤਿਗੁਰਾਂ ਵੀ ਆਖਿਆ ਭਾਈ ਰਾਏ ਸਿਆ ਉਹ ਸਿੱਖੀ ਦਾ ਫਰਜ਼ ਨਿਭਾਇਆ ਹੈ ਤੂੰ ਗੁਰੂ ਕਮ ਕੋ ਮੰਨਿਓ ਪਾਈ ਭਾਈ ਗੁਰੂ ਦਾ ਹੁਕਮ ਤੂੰ ਮੰਨਿਆ ਹੈ ਮਤ ਤੈ ਤੋ ਜੀਵਨ ਪਦਵੀ ਪਾ ਉਹ ਤੂੰ ਤੇ ਜੀਵਨ ਦੀ ਪਦਵੀ ਨੂੰ ਪਾ ਗਿਆ ਇੱਥੇ ਮੈਂ ਬੇਨਤੀ ਕਰਾਂ ਗੁਰਮਖੋ ਦੋ ਰਸਤੇ ਨੇ ਦੋ ਜਿਵੇਂ ਆਪਾਂ ਹੁਣ ਜਾਣੇ ਆ ਸ਼ਹਿਰ ਜਾਈਏ ਜਾਂ ਕਿਸੇ ਪਿੰਡ ਜਾਈਏ ਤੇ ਕਈ ਰਾਹ ਜਾਂਦੇ ਨੇ ਸਾਡੀ ਜ਼ਿੰਦਗੀ ਤੇ ਵੀ ਦੋ ਰਾਹ ਨੇ ਇੱਕ ਤੇ ਰਾਹ ਵਾ ਆਪਣੀ ਮਰਜ਼ੀ ਦਾ ਵੀ ਸਾਡਾ ਮਨ ਕੀ ਕਹਿੰਦਾ ਇੱਕ ਤੇ ਇਹ ਰਾਹ ਆ ਜਿੱਦ ਨਾਲ ਜ਼ਿੰਦਗੀ ਅਸੀਂ ਬਤੀਤ ਕਰ ਸਕਦੇ ਆ ਆਪਣੀ ਮਰਜ਼ੀ ਕਰਕੇ ਵੀ ਜੋ ਸਾਡਾ ਮਨ ਕਹਿੰਦਾ ਜੋ ਸਾਡੀ ਮਰਜ਼ੀ ਜੋ ਸਾਡੀ ਇੱਛਾ ਜੋ ਸਾਡੇ ਵਿਚਾਰ ਜੋ ਸਾਡੀ ਜ਼ਿੰਦਗੀ ਅਸੀਂ ਆਪਣੇ ਢੰਗ ਨਾਲ ਜੀਣੀ ਆ ਇੱਕ ਤੇ ਇਹ ਰਾਹ ਜਿਹਨੂੰ ਦੁਨੀਆ ਕਹਿੰਦੀ ਆ ਜਿਹੜਾ ਇਹ ਰਸਤਾ ਪੀ ਆਜ਼ਾਦੀ ਕਹਿੰਦੇ ਲੋਕ ਦੂਜੀ ਗੁਰਮਖੋ ਗੁਰਸਿੱਖਾਂ ਦੇ ਵਿੱਚ ਗੁਰਮਤ ਦੇ ਵਿੱਚ ਜਿਹੜਾ ਦੂਜਾ ਮਾਰਗ ਆ ਉਹ ਆ ਗੁਰਮਤ ਦਾ ਮਾਰਗ ਜੋ ਗੁਰ ਕਹ ਸੋ ਕਾਰ ਕਮਾਵ ਜਿੱਦਾਂ ਗੁਰੂ ਦਾ ਹੁਕਮ ਆ ਬੰਦਾ ਉਦਾਂ ਕੰਮ ਕਰੇ ਹੁਣ ਵੇਖੋ ਇੱਕ ਬੱਚਾ ਪੈਦਾ ਹੁੰਦਾ ਨਿਕਾ ਜਿਹਾ ਬੱਚਾ ਮਾਂ ਪਿਓ ਦੇ ਘਰ ਹੁਣ ਨਿਆਣੇ ਨੂੰ ਪਤਾ ਨਹੀਂ ਨਾ ਕੁਝ ਹੁੰਦਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਨਿਆਣਾ ਜਿਹੜਾ ਉਹ ਸਪ ਨੂੰ ਹੀ ਪੜ ਲੈਂਦਾ ਗੁਰਬਾਣੀ ਚ ਲਿਖਿਆ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ ਉਹਦਾ ਕਈ ਪੜਦੇ ਨੇ ਕਰ ਮੇਲੇ ਵੀ ਸੱਪ ਤੇ ਅੱਗ ਨੂੰ ਕਰਕੇ ਮਿਲ ਦਿੰਦਾ ਆਸਲੀ ਪਾਠ ਆ ਸਰਪ ਅਗਨ ਕਰ ਮੇਲੇ ਕਰ ਮੈਨੇ ਹੱਥ ਚੰਚਲ ਮਤ ਬਾਲਕ ਬਪਰੇ ਕੀ ਸਰਪ ਅਗਨ ਕਰ ਮੇਲੇ ਸੱਪ ਨੂੰ ਵੀ ਹੱਥ ਚ ਫੜ ਲੈਂਦਾ ਕਰ ਮੈਨੇ ਹੱਥ ਅੱਗ ਨੂੰ ਵੀ ਹੱਥ ਚ ਫੜ ਲੈਂਦਾ ਉਹਨੂੰ ਪਤਾ ਨਹੀਂ ਲੱਗਦਾ ਬੱਚਾ ਜੂ ਹੋਇਆ ਜਿਵੇਂ ਨਿਆਣੇ ਨੂੰ ਪਤਾ ਨਹੀਂ ਨਾ ਲੱਗਦਾ ਵੀ ਮੈਂ ਸੱਪ ਨੂੰ ਨਹੀਂ ਫੜਨਾ ਅੱਗ ਨੂੰ ਨਹੀਂ ਫੜਨਾ ਐਸ ਜਗ੍ਹਾ ਨਹੀਂ ਜਾਣਾ ਇੱਥੇ ਨਹੀਂ ਖਲੋਣਾ ਆ ਬਿਜਲੀ ਆ ਇਹਦੇ ਸੋਚ ਚ ਹੱਥ ਨਹੀਂ ਦੇਣਾ ਬੱਤੀ ਪੈ ਜਾਏਗੀ ਅੱਗ ਲੱਗ ਜਾਏਗੀ ਸੱਪ ਲੜ ਜਾਏਗਾ ਉਹ ਬੱਚੇ ਨੂੰ ਕੁਝ ਨਹੀਂ ਪਤਾ ਲੱਗਦਾ ਉਹਦਾ ਮਾਂ ਪਿਓ ਉਹਨੂੰ ਰੋਕਦਾ ਵੀ ਬੇਟਾ ਬਿਜਲੀ ਆ ਆ ਆਗਿਆ ਆ ਸੱਪ ਆ ਪਰ ਬੱਚਾ ਫੇਰ ਭੱਜ-ਭੱਜ ਕੇ ਜਾਂਦਾ ਬਾਹਰ ਨੂੰ ਮਾਵਾਂ ਫੜ-ਫੜ ਕੇ ਲਿਆਉਂਦੀਆਂ ਵੀ ਕਿਤੇ ਨਿਆਣਾ ਸੱਟ ਨਾ ਲਵਾ ਲੈ ਇਸੇ ਤਰ੍ਹਾਂ ਸਾਡਾ ਮਨ ਬੱਚਿਆਂ ਦੇ ਵਾਂਗੂ ਹੈ ਸਾਨੂੰ ਨਹੀਂ ਪਤਾ ਕਿ ਦੁਨੀਆਂ ਦੇ ਦੇੜੇ ਵਿਸ਼ੇ ਵਕਾਰ ਨੇ ਇਹ ਅਗਨੀ ਦੇ ਵਾਂਗੂ ਹੈ ਅਗਨੀ ਦੇ ਵਾਂਗੂ ਗੁਰਬਾਣੀ ਚ ਲਿਖਿਆ ਕਿ ਹੱਥ ਨਾ ਲਾਏ ਕਸੁੰਬੜਾ ਜਲ ਜਾਸੀ ਢੋਲਾ ਹੱਥ ਨਾ ਲਾਈ ਵੇਖੀ ਕਿਤੇ ਇਨਾ ਵਿਸ਼ੇ ਵਕਾਰਾਂ ਨੂੰ ਜਲ ਜਾਏਗਾ ਆਤਮਕ ਮੌਤ ਹੋ ਜਾਏਗੀ ਵੇਖੀ ਕਿਤੇ ਇਹ ਗੱਲਾਂ ਸਤਿਗੁਰੂ ਦੱਸਦਾ ਸਤਿਗੁਰੂ ਕਿ ਇਹ ਵਿਸ਼ੇ ਵਕਾਰ ਅਗਨੀ ਦੇ ਵਾਂਗੂ ਨੇ ਇਹ ਜਿਹੜੀ ਮਾਇਆ ਹੈ ਨਾਗਨ ਨਾਗਾ ਦੇ ਵਾਂਗੂ ਤੈਨੂੰ ਡੰਗ ਮਾਰਨ ਲਈ ਤਿਆਰ ਹੈ ਸਤਿਗੁਰੂ ਇਸ ਅਗ ਤੋਂ ਬਚਾਉਂਦਾ ਸਤਿਗੁਰੂ ਭਾਈ ਜੋਗਾ ਸਿੰਘ ਵਰਗੇ ਸਿੱਖਾਂ ਨੂੰ ਸਾਰੇ ਹੀ ਆਪਾਂ ਜੋਗਾ ਸਿੰਘ ਆ ਤੇ ਗੁਰੂ ਉਹਦੇ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਗੁਰਮਖੋ ਸਤਗੁਰੂ ਹਾਜ਼ਰਾ ਹਜੂਰ ਗੁਰੂ ਆਪਣੇ ਸਿੱਖਾਂ ਨੂੰ ਵਰਜਦਾ ਬਚਾਉਂਦਾ ਦੁਨੀਆ ਸਾਰੀ ਭੁੱਲਣ ਆ ਰਿਆ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਗੁਰਬਾਣੀ ਚ ਲਿਖਿਆ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਜਾਂ ਹੁਣ ਕੋਈ ਗਲਤੀਆਂ ਲੁਕ ਛਿਪ ਕੇ ਕਰਦੇ ਨੇ ਦੁਨੀਆ ਤੋਂ ਸੰਸਾਰ ਤੋਂ ਲੁਕਾ ਲੈਂਦੇ ਲੋਕ ਪਰ ਗੁਰੂ ਤੋਂ ਨਹੀਂ ਕੋਈ ਲੁਕਾ ਸਕਦਾ ਸਤਗੁਰੂ ਤੋਂ ਨਹੀਂ ਲੁਕਾਇਆ ਜਾਂਦਾ ਗੁਰਮਖੋ ਫਿਰ ਸਤਗੁਰੂ ਬਚਾਉਂਦਾ ਵੀ ਅੱਗ ਕਿਹੜੀ ਐ ਇਹ ਜ਼ਹਿਰ ਹੈ ਇਹ ਅੱਗ ਹੈ ਤੇਰੀ ਆਤਮਿਕ ਮੌਤ ਹੋ ਜਾਏਗੀ ਸਤਗੁਰੂ ਬਚਾਉਂਦਾ ਤੇ ਦੋ ਰਸਤੇ ਨੇ ਜਾਂ ਤੇ ਮਨੁੱਖ ਆਪਣੀ ਮਰਜ਼ੀ ਕਰਕੇ ਜ਼ਿੰਦਗੀ ਜੀ ਲੈ ਤੇ ਜਾਂ ਫਿਰ ਗੁਰੂ ਦਾ ਬਚਨ ਮੰਨ ਕੇ ਜ਼ਿੰਦਗੀ ਨੂੰ ਨਿਰਵਾਹ ਕਰ ਲੈ ਏ ਕਿਆ ਮਨਮਤ ਏ ਕਿਆ ਗੁਰਮਤ ਤੇ ਜਿਹੜੇ ਗੁਰੂ ਦਾ ਬਚਨ ਮੰਨਦੇ ਨੇ ਗੁਰੂ ਦੀ ਸਿੱਖਿਆ ਐਦਾਂ ਲੱਗਦੀ ਐ ਜਿਵੇਂ ਹੁਣ ਆਪਾਂ ਪਹਿਲੀ ਵਹੁਣੇ ਆ ਨਾ ਤੇ ਜੇ ਪਹਿਲੀ ਕਵੇ ਵੀ ਮੈਨੂੰ ਦੁੱਖ ਲੱਗਦਾ ਮੈਨੂੰ ਨਾ ਵਾਹ ਮੇਰੇ ਤੇ ਹੱਲ ਨਾ ਚਲਾ ਤੇ ਜਦੋਂ ਕੋਈ ਹਥਿਆਰ ਬਣਾਈਏ ਤੇ ਸ਼ੈਣੀਆਂ ਥੋੜਿਆਂ ਨਾ ਮਾਰਿਆ ਉਹਨੂੰ ਆਕਾਰ ਦੇਣ ਲਈ ਸੱਟਾਂ ਮਾਰੀਆਂ ਜਾਂਦੀਆਂ ਗੁਰਮੁਖੋ ਸਤਗੁਰੂ ਵੀ ਇਦਾਂ ਹੀ ਜਦੋਂ ਭਾਂਡਾ ਕਮਿਹਾਰ ਬਣਾਉਂਦਾ ਤੇ ਉਹਨੂੰ ਬਾਹਰੋਂ ਚਪੇੜਾਂ ਮਾਰਦਾ ਥਪੇੜੇ ਮਾਰਦਾ ਪਰ ਅੰਦਰ ਹੱਥ ਰੱਖ ਕੇ ਗੋਲ ਕਰਦਾ ਸਤਗੁਰੂ ਵੀ ਇਦਾਂ ਹੀ ਚੋਟਾਂ ਲਾ ਕੇ ਕਸਵਟੀਆਂ ਲਾ ਕੇ ਜੀਵਨ ਨੂੰ ਸਵਾਰਦਾ ਕਿ ਸਿੱਖ ਦਾ ਜੀਵਨ ਜਿਵੇਂ ਸੋਨੇ ਨੂੰ ਅੱਗ ਚ ਪਾ ਕੇ ਤਪਾ ਕੇ ਸ਼ੁੱਧ ਕੀਤਾ ਜਾਂਦਾ ਐਵੇਂ ਗੁਰੂ ਵੀ ਸਿੱਖ ਦਾ ਜੀਵਨ ਸ਼ੁੱਧ ਨਿਖਾਰ ਕੇ ਉਹਨੂੰ ਗੁਰਮੁਖ ਪਿਆਰਿਓ ਆਲਾ ਕਰ ਦੇਂਦਾ ਪਵਿੱਤਰ ਕਰ ਦੇਂਦਾ ਉੱਤਮ ਕਰ ਦੇਂਦਾ ਉਹਦੀ ਜ਼ਿੰਦਗੀ ਨੂੰ ਉਹਦਾ ਜੀਵਨ ਸਿਰਮੌਰ ਬਣਾ ਦੇਂਦਾ ਜਿਹਦੇ ਵਾਸਤੇ ਜਨਮ ਧਾਰਿਆ ਉਹਨੂੰ ਮੰਜ਼ਲ ਤੇ ਪਹੁੰਚਾ ਦੇਂਦਾ ਜਿਨ ਨੇ ਗੁਰੂ ਦਾ ਬਚਨ ਮੰਨਿਆ ਉਹਨੇ ਜੀਵਨ ਦੀ ਪਦਵੀ ਨੂੰ ਪਾ ਲਿਆ ਜਿਨ ਨੇ ਮਨਮਤ ਕੀਤੀ ਉਹਨੇ ਆਪਣੀ ਜ਼ਿੰਦਗੀ ਨੂੰ ਗਵਾ ਲਿਆ ਸਤਗੁਰੂ ਮਹਾਰਾਜ ਜੀ ਦਾ ਸਿੱਖ ਆ ਭਾਈ ਰਾਏ ਸਿੰਘ ਗੁਰੂ ਦਾ ਬਚਨ ਮੰਨ ਕੇ ਆਪਣਾ ਜੀਵਨ ਇਦਾਂ ਸਵਾਰ ਲਿਆ ਹੈ ਮਾਤ ਪਿਤਾ ਤਾ ਕੋ ਤਨ ਅਹੀ ਕਹਿੰਦੇ ਉਹਦਾ ਮਾਂ ਪਿਓ ਵੀ ਤਨ ਹੋ ਗਿਆ ਗੁਰਬਾਣੀ ਚ ਲਿਖਿਆ ਜਿਹੜਾ ਬੰਦਾ ਭਜਨ ਕਰਦਾ ਭਗਤੀ ਕਰਦਾ ਭਗਤ ਬਣਦਾ ਉਹਦੇ 21 ਕੁਲ ਤਰ ਜਾਂਦੇ ਆ ਭਾਈ ਰਾਏ ਸਿੰਘ ਦੇ ਮਾਪਿਓ ਵੀ ਧਨ ਹੋ ਗਏ ਹਨ ਜਾ ਕੇ ਐਸੇ ਸੁਤ ਭਏ ਜਿਨ੍ਹਾਂ ਦੇ ਘਰ ਐਦਾਂ ਦੇ ਪੁੱਤ ਪੈਦਾ ਹੋਏ ਹਨ ਆਪ ਤਰੇ ਸਗਲੇ ਕੁਲ ਤਾਰੇ ਹੁਣ ਗੁਰਮਖੋ ਭਗਤ ਤੁਲਸੀਦਾਸ ਜੀ ਨੇ ਰਮਾਇਣ ਚ ਇੱਕ ਗੱਲ ਕਹੀ ਹੈ ਉਹ ਕਹਿੰਦੇ ਨੇ ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹਾ ਵੈ ਨੂਰ ਹੁਣ ਮਾਂ ਦਾ ਇਹਦੇ ਚ ਕੀ ਕਸੂਰ ਐ ਪੁੱਤ ਤੇ ਕਿੱਦਾਂ ਦਾ ਵੀ ਨਿਕਲ ਸਕਦਾ ਮਾਂ ਹੁਣ ਮਾਂ ਨੇ ਬੱਚੇ ਨੂੰ ਜਨਮ ਦੇ ਦਿੱਤਾ ਤੇ ਇਹ ਭਗਤ ਤੁਲਸੀਦਾਸ ਨੇ ਕਿੱਦਾਂ ਦੀ ਗੱਲ ਕਹਿ ਦਿੱਤੀ ਵੀ ਮਾਂ ਜਾਂ ਭਗਤ ਨੂੰ ਜਨਮ ਦੇਵੇ ਜਾਂ ਦਾਤੇ ਨੂੰ ਦੇਵੇ ਜਾਂ ਸੂਰਮੇ ਨੂੰ ਦੇਵੇ ਮਾਂ ਨੇ ਜਨਮ ਦੇਣਾ ਦੇਤਾ ਅਗੋਂ ਉਹਦੀ ਮਰਜ਼ੀ ਉਹਨोंने ਕੀ ਬਨਣਾ ਜਾਂ ਕੀ ਬਣਦਾ ਇਹ ਤਾਂ ਗੱਲ ਉਹਨਾਂ ਨੇ ਪੁੱਠੀ ਜੀ ਕਹਿ ਦਿੱਤੀ ਪਰ ਗੁਰਮਖੋ ਪੁੱਠੀ ਨਹੀਂ ਆਖੀ ਗਲਤ ਨਹੀਂ ਆਖੀ ਇੱਕ ਮਾਂ ਦੇ ਅਖਤਿਆਰ ਆ ਇੱਕ ਬੱਚੇ ਦਾ ਜੀਵਨ ਇੱਕ ਮਾਂ ਦੇ ਹੱਥ ਵਿੱਚ ਆ ਇੱਕ ਬੱਚੇ ਦੀ ਜ਼ਿੰਦਗੀ ਹੁਣ ਆ ਆਪਾਂ ਤੁਸੀਂ ਜਾਂਦੇ ਜੇ ਸ਼ਹਿਰ ਵੇਖੋ ਜਾਂਦੇ ਜੇ ਲੁਧਿਆਣੇ ਜਾਓ ਆ ਫਿਰੋਜ਼ਪੁਰ ਰੋਡ ਤੋਂ ਲੰਘੋ ਮੋਗੇ ਨੂੰ ਪਰ ਪਰੇ ਨੂੰ ਜਾਓ ਉੱਥੇ ਸਿਨੇਮੇ ਬੜੇ ਨੇ ਬੜੇ ਬੜੇ ਵੱਡੇ ਇੱਕ ਇੱਕ ਮੌਲ ਚ ਤਿੰਨ ਤਿੰਨ ਕਈ ਵਾਰ ਲੰਘਿਆ ਵੇਖਿਆ ਕਈ ਮਾਵਾਂ ਗਰਭवती ਵੀ ਹੁੰਦੀਆਂ ਕਈ ਔਰਤਾਂ ਉਹ ਸਿਨੇਮੇ ਦੀਆਂ ਟਿਕਟਾਂ ਲੈ ਕੇ ਤੇ ਫਿਲਮ ਵੇਖਣ ਆਉਂਦੀਆਂ ਆਜ਼ਾਦੀ ਜੋ ਮਰਜੀ ਲੋਕੀ ਕਰਨ ਕਿਹੜੀ ਪਾਬੰਦੀ ਕਹੇ ਤੇ ਕਈ ਨਿੱਕੇ ਨਿੱਕੇ ਬੱਚੇ ਨਾਲ ਲੈ ਕੇ ਆਉਂਦੇ ਨੇ ਫੋਨ ਉਹਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਵੀ ਵਿਖਾਈਆਂ ਜਾਂਦੀਆਂ ਜਿਹੜੀਆਂ ਬੱਚਿਆਂ ਦੇ ਨਹੀਂ ਵੇਖਣ ਵਾਲੀਆਂ ਹੁੰਦੀਆਂ ਜਿਹੜੀਆਂ ਬੱਚਿਆਂ ਦੇ ਯੋਗ ਨਹੀਂ ਹੁੰਦੀਆਂ ਜਿਹੜੀਆਂ ਬੱਚਿਆਂ ਦੇ ਮਨ ਤੇ ਸੂਖਮ ਪ੍ਰਭਾਵ ਛੱਡ ਸਕਦੀਆਂ ਜਿਹੜੀਆਂ ਬੱਚਿਆਂ ਦੇ ਅਨਪੋਲ ਮਨ ਦੇ ਉੱਤੇ ਇਦਾਂ ਦਾ ਅਸਰ ਪਾ ਸਕਦੀਆਂ ਕਿ ਉਹਨਾਂ ਦਾ ਜੀਵਨ ਪ੍ਰਭਾਵਿਤ ਹੋ ਸਕਦਾ ਤੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਵੱਖਰਾ ਜਿਹਾ ਮੋੜ ਦੇ ਸਕਦੀਆਂ ਗੁਰਮੁਖੋ ਇਤਿਹਾਸ ਆਪਾਂ ਪੜਦੇ ਆ ਤੁਸੀਂ ਸੁਣਦੇ ਜੇ ਲਾਹੌਰ ਦੇ ਵਿੱਚ ਜਿਹੜਾ ਇੱਕ ਨਖਾਸ ਚੌਕ ਆ ਉੱਥੇ ਮਾਵਾਂ ਨੂੰ ਅੱਧੀ ਅੱਧੀ ਰੋਟੀ ਦਿੱਤੀ ਗਈ ਸਵਾ ਸਵਾ ਮਨ ਦਾ ਉਹਨਾਂ ਦੀ ਛਾਤੀ ਤੇ ਪੱਥਰ ਰੱਖਿਆ ਗਿਆ ਤੇ ਅਰਦਾਸ ਵਿੱਚ ਕਹਿੰਦੇ ਨੇ ਸਿੰਘ ਕਿ ਉਹਨਾਂ ਸਿੰਘਾਂ ਸਿੰਘਣੀਆਂ ਦਾ ਧਿਆਨ ਧਰ ਕੇ ਗੁਰੂ ਨੂੰ ਯਾਦ ਕਰੋ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲ ਵਿੱਚ ਪਵਾ ਲਏ ਅੱਧੀ ਅੱਧੀ ਰੋਟੀ ਖਾਧੀ ਸਵਾ ਸਵਾ ਪੱਥਰ ਮਨ ਛਾਤੀ ਤੇ ਰਖਾ ਲਿਆ ਪਰ ਧਰਮ ਨਹੀਂ ਛੱਡਿਆ ਸਿੱਧਕ ਨਹੀਂ ਆ ਰਿਹਾ ਉਹ ਵੀ ਮਾਂ ਸੀ ਜਿਨੇ ਭਗਤ ਤਾਰੂ ਸਿੰਘ ਨੂੰ ਜਨਮ ਦਿੱਤਾ ਉਹ ਵੀ ਮਾਂ ਸੀ ਜਿਨੇ ਭਗਤ ਮਣੀ ਸਿੰਘ ਨੂੰ ਜਨਮ ਦਿੱਤਾ ਉਹ ਵੀ ਮਾਂ ਸੀ ਜਿਨੇ ਸਰਦਾਰ ਹੀਰਾ ਸਿੰਘ ਨੂੰ ਜੰਮਿਆ ਮਾਵਾ ਜਦੋਂ ਦੁੱਧ ਰੜਕਦਿਆਂ ਅਸੀਂ ਉਦੋਂ ਵੀ ਬਾਣੀ ਪੜ੍ਹਦੀਆਂ ਸੀ ਜਦੋਂ ਰੋਟੀ ਪਕਾਉਂਦੀਆਂ ਸੀ ਭਜਨ ਕਰਦੀਆਂ ਸੀ ਜਦੋਂ ਚੱਕੀ ਪੀਂਦੀਆਂ ਸੀ ਗੁਰੂ ਨੂੰ ਯਾਦ ਕਰਦੀਆਂ ਸਨ ਜਦੋਂ ਪਾਣੀ ਭਰ ਕੇ ਲਿਆਉਣਾ ਸਤਗੁਰਾਂ ਦੀ ਮੂਰਤ ਹਿਰਦੇ ਵਿੱਚ ਰੋਟੀ ਪਕਾਉਂਦਿਆਂ ਗੁਰੂ ਨੂੰ ਯਾਦ ਕੀਤਾ ਉਹ ਭਜਨ ਬੰਦਗੀ ਦਾ ਪ੍ਰਭਾਵ ਪ੍ਰਸ਼ਾਦਾ ਦੇ ਪਾਣੀ ਵਿੱਚ ਵੀ ਆ ਗਿਆ ਜਿਨ੍ਹਾਂ ਨੇ ਉਹ ਰੋਟੀ ਖਾਧੀ ਪ੍ਰਸ਼ਾਦਾ ਛਕਿਆ ਉਹਨਾਂ ਦੀ ਬਿਰਤੀ ਉਦਾਂ ਦੀ ਹੋ ਗਈ ਉਹਨਾਂ ਦਾ ਮਨ ਉਦਾਂ ਦਾ ਧਾਰਮਿਕ ਬਿਰਤੀ ਵਾਲਾ ਹੋ ਗਿਆ ਉਹਨਾਂ ਦੇ ਮਨ ਦੇ ਵਿਚਾਰ ਉਦਾਂ ਦੇ ਹੋ ਗਏ ਗੁਰਮੁਖ ਪਿਆਰੇ ਉਹ ਇੱਕ ਮਾਂ ਦਾ ਬੜਾ ਵੱਡਾ ਯੋਗਦਾਨ ਆ ਇੱਕ ਬੱਚੇ ਦੀ ਜ਼ਿੰਦਗੀ ਬਣਾਉਣ ਵਿੱਚ ਇੱਕ ਨਿਕਾ ਜਿਹਾ ਪਰਮਾਨ ਦੇ ਕੇ ਅੱਗੇ ਚੱਲਦਾ ਭਾਈ ਗੁਰਦਾਸ ਜੀ ਨੇ ਬਚਨ ਕਿਹਾ ਕਹਿੰਦੇ ਨੇ ਧਰੂ ਇੱਕ ਦਿਨ ਏਦਾਂ ਹੱਸਦਾ ਖੇਡਦਾ ਨਿਕਾ ਜਿਆ ਨਿਆਣਾ ਘਰੇ ਆਇਆ ਤੇ ਪਿਓ ਬੈਠਾ ਸੀ ਸੰਗਾਸਣ ਦੇ ਉੱਤੇ ਦਾਸੀਆਂ ਪੱਖਾ ਝਲਣ ਡਈਆਂ ਮੰਤਰੀ ਦਰਬਾਰ ਚ ਬੈਠੇ ਧਰੂ ਹੱਸਦਾ ਖੇਡਦਾ ਨਿਆਣਿਆਂ ਦੇ ਨਾਲ ਆਇਆ ਵੀ ਚਲੋ ਹੁਣ ਮੈਂ ਖੇਡ ਖਾੜ ਲਿਆ ਤੇ ਆਪਣੇ ਪਿਓ ਕੋ ਜਾਨਾ ਘੜੀ ਭੱਜ ਕੇ ਪਿਓ ਕੋ ਆਇਆ ਤੇ ਗੋਦੀ ਚ ਬਹਿ ਗਿਆ ਪਿਓ ਨੇ ਫੜਿਆ ਧਰੂ ਨੂੰ ਗੋਦੀ ਚ ਭਾਇਆ ਮਸਕਰਾਹਟ ਪਿਆਰੀ ਜੀ ਬਖੇਰੀ ਪੁੱਤ ਦੇ ਖੁੱਲੇ ਹੋਏ ਨਿੱਕੇ ਨਿੱਕੇ ਵਾਲ 5 ਸਾਲ ਦੀ ਉਹਦੀ ਉਮਰ ਸਿਰ ਤੇ ਹੱਥ ਫੇਰਿਆ ਮੁੰਡਾ ਵੀ ਬੜਾ ਰਾਜੀ ਪਿਓ ਨੇ ਚੁੱਕਿਆ ਪਿਓ ਵੀ ਬੜਾ ਖੁਸ਼ ਪੀ ਮੇਰਾ ਪੁੱਤ ਮੇਰੇ ਸੀਨੇ ਨਾਲ ਲੱਗਾ ਇਹਨੇ ਚਿਰ ਨੂੰ ਮਤਈ ਮਾਂ ਆ ਗਈ ਮਤਈ ਮਾਂ ਆ ਗਈ ਸੁਰੂਚੀ ਉਹਨੇ ਆ ਕੇ ਵੇਖਿਆ ਪੀ ਇਹ ਮੇਰੀ ਸੌਂਕਣ ਦਾ ਮੁੰਡਾ ਮੇਰੇ ਪਤੀ ਦੀ ਗੋਦੀ 'ਚ ਬੈਠਾ ਕਿਤੇ ਇਹਦੇ ਮਨ ਤੇ ਪ੍ਰਭਾਵ ਪਾ ਕੇ ਤੇ ਕਿਤੇ ਗੱਦੀ ਰਾਜ ਨਾ ਲੈ ਜਾਏ ਉਹਨੇ ਆਣ ਕੇ ਫੜ ਕੇ ਧਰੂ ਨੂੰ ਤਿੰਨ ਚਾਰ ਚਪੇੜਾ ਮਾਰੀਆਂ ਬੇਵਕੂਫਾ ਮੇਰੇ ਪਤੀ ਦੀ ਗੋਦੀ ਚ ਬਹਿ ਗਿਆ ਇਹਦੀ ਗੋਦੀ ਚ ਬਹਿਣ ਤੋਂ ਪਹਿਲਾਂ ਮੇਰੀ ਕੋਖ ਤੋਂ ਜਨਮ ਲੈਣਾ ਸੀ ਜਾਂ ਦੌੜ ਜਾ ਇਥੋਂ ਉਹ ਨਿਕਾਜਾ ਨਿਆਣਾ ਵਿਚਾਰਾ ਭੱਜ ਗਿਆ ਰੋ ਪਿਆ ਗੱਲਾਂ ਨੀਲੀਆਂ ਕਰਤੀਆਂ ਆਪਣੀ ਮਾਂ ਕੋ ਗਿਆ ਜਿੰਨੇ ਉਹਨੂੰ ਜਨਮ ਦਿੱਤਾ ਸੀ मां ਨੇ ਦੂਰੋਂ ਪੁੱਤ ਨੂੰ ਆਉਂਦਿਆਂ ਵੇਖਿਆ ਵੀ ਮੇਰਾ ਪੁੱਤ ਰੋਂਦਾ ਆਉਂਦਾ ਹਾਏ ਮੈਂ ਮਰ ਜਾਂ ਭੱਜ ਕੇ ਪਕੜਿਆ ਜਾ ਕੇ ਗੱਲ ਨਾ ਲਾਇਆ ਮੇਰੇ ਬੇਟਾ ਕੀ ਹੋ ਗਿਆ ਤੈਨੂੰ मां ਇੱਕ ਗੱਲ ਦੱਸ ਅੱਜ ਸੱਚੋ ਸੱਚ ਗੱਲ ਦੱਸ मां ਕਹਿੰਦੀ ਪੁੱਛ ਗੱਲ ਕੀ ਹੋਇਆ ਕੀ ਆ मां ਹੋਇਆ ਬਾਅਦ ਚੋਂ ਦੱਸੂੰ ਪਹਿਲਾਂ ਇੱਕ ਗੱਲ ਦੱਸ ਵੀ ਤੂੰ ਮੇਰੇ ਪਿਓ ਦੀ ਰਾਣੀ ਆ ਕਿ ਗੋਲੀ ਆ ਦੇਤਾ ਮੇ ਰਾਣੀਆ ਤੇਰਾ ਪਿਓ ਮੈਨੂੰ ਵਿਆਹ ਕੇ ਲਿਆਇਆ ਬੜੀ ਸ਼ਾਨੋ ਸ਼ੌਕਤ ਨਾਲ ਹਾਥੀਆਂ ਘੋੜਿਆਂ ਤੇ ਬਰਾਤ ਗਈ ਤੂੰ ਰਾਜਿਆਂ ਦੀ ਧੀ ਆ ਕਿ ਆਵੇਂ ਮੰਗਤਿਆਂ ਦੀ ਛੋਧਿਆਂ ਛਕੜਿਆਂ ਦੀ ਕੁੜੀ ਆ ਮਾਂ ਨੇ ਆਖਿਆ ਵੇ ਪੁੱਤ ਰਾਜਿਆਂ ਦੀ ਕੁੜੀ ਆ ਸੋਨਿਆਂ ਦੇ ਪੰਗੂੜਿਆਂ ਚ ਹੂਟੇ ਲੈ ਚਾਂਦੀ ਦੇ ਥਾਲਾਂ ਚ ਰੋਟੀਆਂ ਖਾਧੀਆਂ ਜਦੋਂ ਜੰਮੀ ਤੇ ਗੁੜਤੀ ਦੇਣ ਲਈ ਸੋਨੇ ਦਾ ਚਮਚਾ ਮੇਰੇ ਮੂੰਹ 'ਚ ਦਿੱਤਾ ਗਿਆ ਮੈਂ ਰਾਜਿਆਂ ਦੀ ਧੀ ਆ ਮਾਂ ਪਰ ਮੈਨੂੰ ਸਮਝ ਨਹੀਂ ਆਈ ਕੁੜੀ ਤੂੰ ਰਾਜਿਆਂ ਦੀ ਰਾਣੀ ਮੇਰੇ ਪਿਓ ਦੀ ਤੇ ਮੈਨੂੰ ਅੱਜ ਚਪੇੜਾਂ ਪੈ ਗਈਆਂ ਮੈਂ ਵੀ ਰਾਜਕੁਮਾਰ ਮੈਨੂੰ ਮੇਰੀ ਮਾਂ ਨੇ ਮਤਈ ਨੇ ਅੱਜ ਚਪੇੜਾਂ ਕੱਢ ਮਾਰੀਆਂ ਵੇਖ ਗੱਲਾਂ ਲਾਲ ਹੋਈਆਂ ਮੇਰੀਆਂ ਮਾਂ ਨੇ ਆਖਿਆ ਅਛਾ ਮੈਨੂੰ ਸਮਝ ਆ ਗਈ ਪੁੱਤ ਬੈ ਮੈਂ ਤੈਨੂੰ ਦੱਸਦੀ ਆਂ ਨਾ ਤੇ ਕਸੂਰ ਆ ਤੇਰੀ ਮਾਂ ਦਾ ਨਾ ਤੇ ਕਸੂਰ ਆ ਤੇਰੇ ਪਿਓ ਦਾ ਤੇ ਧਰੂ ਕਹਿੰਦਾ ਕਸੂਰ ਕਿਹਦਾ ਉਹ ਕਹਿੰਦੀ ਬੇਟਾ ਕਸੂਰ ਮੇਰਾ ਮਾਂ ਤੇਰਾ ਕਸੂਰ ਕਿਵੇਂ ਤੂੰ ਤੇ ਇੱਥੇ ਘਰ ਬੈਠੀ ਐ ਚਪੇੜਾ ਮੈਨੂੰ ਉੱਥੇ ਕਚਹਿਰੀ ਚ ਵੱਜੀਆਂ ਮਾਂ ਕਹਿਣ ਲੱਗੀ ਪੁੱਤ ਇਹ ਗੱਲ ਨਹੀਂ ਤੇ ਆਪਾਂ ਭਾਈ ਗੁਰਦਾਸ ਤੋਂ ਪੁੱਛਦੇ ਆ ਗੁਰਮਖੋ ਜਿਨ੍ਹਾਂ ਦੀ ਗਵਾਹੀ ਸਿਰਮੌਰ ਮੰਨੀ ਜਾਏਗੀ ਉਹ ਇਸ ਕਥਾ ਨੂੰ ਇਦਾਂ ਲਿਖਦੇ ਹਨ ਕਹਿੰਦੇ ਨੇ ਧੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਤੇ ਬਾਹੋਂ ਪਕੜੇ ਉਠਾਲਿਓ ਨਾ ਮਨ ਵਿੱਚ ਰੋਸ ਮਤਰੇ ਹੀ ਕੀਤਾ ਡੱਡਾ ਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕੇਸਰੀਤਾ ਤੇ ਮਾਂ ਨੇ ਆਖਿਆ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਮੇਰੇ ਬੇਟਾ ਘਾਟਾ ਮੇਰੇ ਵਿੱਚ ਨੇ ਗਲਤੀ ਮੇਰੀ ਐ ਚਪੇੜਾ ਤੈਨੂੰ ਤਾਂ ਪਈਆ ਤਰੂ ਨੇ ਆਖਿਆ ਮਾਂ ਤੇਰੀ ਕਾਦੀ ਗਲਤੀ ਏ ਉਹ ਕਹਿਣ ਲੱਗੀ ਪੁੱਤ ਨਾ ਤੇ ਮੈਂ ਭਜਨ ਕਰ ਸਕੀ ਆ ਨਾ ਮੈਂ ਪ੍ਰੇਮਾ ਭਗਤੀ ਹਿਰਦੇ ਚ ਦ੍ਰਿੜ ਕਰ ਸਕਦੀ ਸਕੀ ਆ ਨਾ ਮੈਂ ਕੋਈ ਸੇਵਾ ਕੀਤੀ ਐ ਇਹ ਤਿੰਨ ਮੇਰੇ ਚ ਗਲਤੀਆਂ ਰਹਿ ਗਈਆਂ ਮੇਰਾ ਦੁੱਧ ਤੂੰ ਪੀਤਾ ਮੇਰਾ ਦੁੱਧ ਘਾਟਾ ਮੇਰੇ ਵਿੱਚ ਸਨ ਮੇਰਾ ਦੁੱਧ ਪੀਨ ਕਰਕੇ ਤੇਰੇ ਚ ਅਸਰ ਚਲੇ ਗਿਆ ਤੇ ਤੈਨੂੰ ਚਪੇੜਾਂ ਪੈ ਗਈਆਂ ਵੇਖੋ ਸੱਚੀ ਮਾਂ ਨੇ ਉਪਦੇਸ਼ ਸੱਚਾ ਦਿੱਤਾ ਉਤਰੂ ਕਹਿਣ ਲੱਗਾ ਕਿਸ ਉਦਮ ਤੇ ਰਾਜ ਮਿਲੇ ਦੁਸ਼ਮਨ ਤੇ ਸਭ ਹੋਵਨ ਮਿੱਤਾ ਮਾਂ ਮੇਰੇ ਇਹ ਮਿੱਤਰ ਕਿਵੇਂ ਬਨ ਗਏ ਤੇ ਮਾਂ ਨੇ ਵੇਖੋ ਸੱਚੀ ਗੱਲ ਆਖੀ ਕੈਨ ਲੱਗੀ ਪਰਮੇਸ਼ਰ ਆ ਰਾਦੀਐ ਜਿੱਦੂ ਹੋਈ ਐ ਪਤ ਤਪੁਨੀਤਾ ਮੇਰੇ ਪੁੱਤ ਨਾਮ ਜਪ ਭਜਨ ਕਰ ਬੰਦਗੀ ਕਰ ਜਦੋਂ ਨਾਮ ਜੱਪੀਦਾ ਨਾ ਕੋਤੋਂ ਇਹ ਦੁਨੀਆ ਦਾ ਰਾਜ ਕਹਿਣਾ ਤੈਨੂੰ ਦਰਗਾਹ ਦਾ ਰਾਜ ਮਿਲ ਜੂ ਤੈਨੂੰ ਐਦਾਂ ਦਾ ਰਾਜ ਮਿਲੂ ਜਿਹੜਾ ਕਦੇ ਮਿਟੇ ਨਾ ਜਿਹੜਾ ਟਲੇਗਾ ਨਾ ਜਿਹੜਾ ਖਤਮ ਨਾ ਹੋਊਗਾ ਜਿਹੜਾ ਨਾਸ ਨਾ ਹੋਊਗਾ ਉਹ ਪੁੱਤ ਭਜਨ ਕਰ ਤੈਨੂੰ ਐਦਾਂ ਦੀ ਬਾਦਸ਼ਾਹੀ ਮਿਲ ਜੂ ਜਿਹੜੀ ਕਦੇ ਦੁਨੀਆ ਦੇ ਉੱਤੋਂ ਜਾਊ ਸਦਾ ਵਾਸਤੇ ਆ ਟੱਲ ਬਾਦਸ਼ਾਹੀ ਮਿਲ ਜੂ ਇੱਕ ਮਾਂ ਨੇ ਆਖਿਆ ਹੁਣ ਮਾਂ ਨੇ ਇਹ ਨਹੀਂ ਆਖਿਆ ਕਿ ਤਰੂਪ ਫਿਰ ਇਦਾਂ ਕਰੀਏ ਆਪਾਂ ਦੋਵੇਂ ਜਾਣੇ ਦੋ ਚਾਰ ਬੰਦਿਆਂ ਨੂੰ ਨਾਲ ਮਲਾ ਲਈਏ ਤੇ ਆਪਾਂ ਕੱਲ੍ਹ ਦੇ ਆ ਹੱਟੀ ਕਿਸੇ ਬੰਦੇ ਨੂੰ ਰੁਪਈਏ ਆਨੇ ਦੋ ਦੇ ਕੇ ਦੋ ਆਨੇ ਨੀਲਾ ਥੋਥਾ ਲੈ ਆਵੇ ਜਾਂ ਜ਼ਹਿਰ ਲੈ ਆਵੇ ਜਾਂ ਕੁਚਲੇ ਕੱਚੇ ਲੈ ਆਵੇ ਤੇ ਮੈਂ ਕੜਾਹ ਚ ਪਾ ਦੇਣੀ ਆ ਤੇ ਤੂੰ ਆਪਣੇ ਪਿਓ ਨੂੰ ਖਵਾ ਦੀ ਇਦਾਂ ਹਾਸੇ ਭਾਣੇਂ ਮਰਜੂ ਤੇਰਾ ਪਿਓ ਤੇ ਤੇਰੀ ਰਾਜ ਗੱਦੀ ਆ ਤੂੰ ਰਾਜ ਕਰੀ ਮੈਂ ਸੁਖ ਮਾਣੂ ਗੱਲ ਮੁੱਕੀ ਪਰ ਸੱਚੀ ਮਾਂ ਸੀ ਸੱਚੀ ਮਾਂ ਨੇ ਸੱਚਾ ਉਪਦੇਸ਼ ਦਿੱਤਾ ਪੁੱਤ ਭਜਨ ਕਰ ਨਾਮ ਜਪ ਬੰਦਗੀ ਕਰ ਬਾਣੀ ਪੜ ਤੈਨੂੰ ਐਦਾਂ ਦਾ ਰਾਜ ਮਿਲੂ ਜਿਹੜਾ ਕਦੇ ਮੁੱਕੋ ਹੀ ਨਾ ਜਿਹੜਾ ਕਦੇ ਜਾਊ ਹੀ ਨਾ ਧਰੂ ਨੇ ਫਿਰ ਭਜਨ ਕੀਤਾ ਧਰੂ ਫਿਰ ਗਿਆ ਸਿਮਰਨ ਕਰਨ ਰਾਹ ਵਿੱਚ ਉਹਨੂੰ ਭਗਤ ਨਾਰਦ ਮਿਲਿਆ ਉਹਨੇ ਉਪਦੇਸ਼ ਦਿੱਤਾ ਭਜਨ ਦਿੱਤਾ ਫਿਰ ਉਹਨੇ ਬੰਦਗੀ ਕੀਤੀ ਤੇ ਅੱਜ ਵੀ ਅਸੀਂ ਨਿਆਣਿਆਂ ਨੂੰ ਕਹਿੰਨੇ ਆਓ ਵੇਖੋ ਧਰੂ ਤਾਰਾ ਧਰੂ ਦਾ ਮਤਲਬ ਹੁੰਦਾ ਧੁਰਾ ਜਿਵੇਂ ਗੱਡੀ ਦਾ ਧੁਰਾ ਰੇੜੀ ਦਾ ਧੁਰਾ ਗੱਡੇ ਦਾ ਧੁਰਾ ਜਿਹੜਾ ਧੁਰਾ ਇੱਕ ਜਗ੍ਹਾ ਹੁੰਦਾ ਉਹਦੇ ਦਿਵਾਲੇ ਚੱਕਾ ਘੁੰਮਦਾ ਧੁਰੇ ਦਾ ਮਤਲਬ ਜਿਹੜਾ ਠਹਿਰ ਗਿਆ ਜਿਹੜਾ ਆਉਂਦਾ ਜਾਂਦਾ ਘੁੰਮਦਾ ਨਹੀਂ ਜਿਹੜਾ ਰੁਕ ਗਿਆ ਜਿਹੜਾ ਭਜਨ ਕਰੇਗਾ ਉਹ ਤਰੂ ਦੇ ਵਾਂਗੂ ਠਹਿਰ ਜਾਏਗਾ ਉਹਨੂੰ ਜੂਨਾ ਦੇ ਵਿੱਚ ਘੁੰਮਣਾ ਨਹੀਂ ਪਵੇਗਾ ਉਹਨੂੰ ਜਨਮਾਂ ਦੇ ਵਿੱਚ ਆਉਣਾ ਜਾਣਾ ਨਹੀਂ ਪਵੇਗਾ ਗੁਰਮਖ ਪਿਆਰਿਓ ਮਾਤਾ ਪਿਤਾ ਧੰਨ ਹੋ ਗਏ ਜਿਨ੍ਹਾਂ ਨੇ ਭਜਨ ਕੀਤਾ ਸਿੱਖ ਕਹਿੰਦੇ ਨੇ ਭਾਈ ਰਾਏ ਸਿਆ ਗੁਰੂ ਰਾਮ ਸਿੰਘ ਵੀ ਆਖਿਆ ਭਾਈ ਰਾਏ ਸਿਆ ਉਹ ਤੈਨੂੰ ਜਨਮ ਦੇਣ ਵਾਲੇ ਤੇਰੇ ਮਾਂ ਪਿਓ ਧੰਨ ਉਹ ਤੈਨੂੰ ਜਨਮ ਦੇਣ ਵਾਲੀ ਤੇਰੀ ਮਾਤਾ ਵੀ ਧੰ ਹੈ ਆਪ ਤਰੇ ਸਗਲੇ ਕੋਲ ਤਾਰੇ ਨਾਮ ਜਪਣ ਵਾਲੇ ਆਪ ਤਲ ਤਰ ਜਾਂਦੇ ਨੇ ਆਪਣੀਆਂ ਕੁਲਾਂ ਦਾ ਉਧਾਰ ਕਰ ਲੈਂਦੇ ਹਨ ਵੰਦਨਾ ਸਭ ਪ੍ਰਤੀ ਕਰਤ ਪੇ ਰਾਏ ਸਿੰਘ ਹੋਦੀਨਾ ਸਾਰਿਆਂ ਨੇ ਵੰਦਨਾ ਕੀਤੀ ਹੈ ਸਿਦਕਦਾਨ ਹਰ ਧੰਵ ਦਿਜੈ ਗੁਰ ਸੰਗਤ ਪਰਵੀਨਾ ਤੇ ਪਾਈ ਰਾਏ ਸਿੰਘ ਹੰਕਾਰ ਨਹੀਂ ਕੀਤਾ ਹੁਣ ਅੱਜ ਕੱਲ 2-3 ਬੰਦੇ ਮੱਥਾ ਟੇਕ ਜਾਂਦੇ ਅਗਲਾ ਫੁੱਲ ਕੇ ਬਹਿ ਜਾਂਦਾ ਵੀ ਮੈਂ ਸੰਤ ਬਣ ਗਿਆ ਮੇਰੇ ਅਰਗਾ ਕੋਈ ਨਹੀਂ ਪਾਈ ਰਾਏ ਸਿੰਘ ਨੂੰ ਉਹਨਾਂ ਨੇ ਮਾਣ ਦਿੱਤਾ ਤੇ ਪਾਈ ਰਾਏ ਸਿੰਘ ਅੱਗੋਂ ਦੀਨ ਹੋ ਗਿਆ ਪਾਈ ਰਾਏ ਸਿੰਘ ਅੱਗੋਂ ਚਰਨਾਂ ਤੇ ਝੁਕ ਗਿਆ ਉਹ ਕਹਿੰਦਾ ਮੇਰੇ ਭਰਾਓ ਮੇਰੇ ਤੇ ਕਿਰਪਾ ਕਰੋ ਓਏ ਮੈਂ ਗੁਰੂ ਦੇ ਚਰਨੀ ਲੱਗਾ ਰਹਾ ਓਏ ਮੈਨੂੰ ਸਤਗੁਰਾਂ ਦੀ ਭਗਤੀ ਮਿਲਦੀ ਰਵੇ ਓਏ ਮੇਰੇ ਲਈ ਅਰਦਾਸ ਕਰੋ ਗੁਰੂ ਭਾਈਓ ਓ ਮੈਂ ਭਜਨ ਕਰ ਸਕਾਂ ਮੈਂ ਨਾਮ ਜਪ ਸਕਾਂ ਮੈਂ ਬੰਦਗੀ ਕਰ ਸਕਾਂ ਫੇਰ ਸਤ ਗੁਰ ਸਿੱਖਿਆ ਕਰੀ ਭਾਈ ਰਾਏ ਸਿੰਘ ਵੀ ਐਦਾਂ ਬਹਿ ਗਿਆ ਦੂਜੇ ਸਿੱਖ ਵੀ ਬਹਿ ਗਏ ਹੁਣ ਗੁਰੂ ਰਾਮ ਸਿੰਘ ਜੀ ਦੀਵਾਨ ਵਿੱਚੋਂ ਉੱਠ ਕੇ ਗਏ ਸਨ ਭਾਈ ਰਾਏ ਸਿੰਘ ਨੂੰ ਲੈਣ ਉਹ ਭਾਈ ਰਾਏ ਸਿੰਘ ਨੂੰ ਲੈ ਕੇ ਆ ਗਏ ਤੇ ਫੇਰ ਆਸਣ ਤੇ ਐਦਾਂ ਬਹਿ ਗਿਆ ਤੇ ਸਤਗੁਰਾਂ ਨੇ ਉਥੋਂ ਹੀ ਆਪਣੀ ਕਥਾ ਜਿੱਥੋਂ ਛੱਡੀ ਸੀ ਨਾ ਛੱਡ ਕੇ ਗਏ ਸਨ ਤੇ ਸ਼ੁਰੂ ਕਰ ਦਿੱਤੀ ਹੈ ਕੇ ਤੋਂ ਸਤਗੁਰ ਕਯੋ ਸੁਨਾ ਸਿਖ ਸਾਰੇ ਕਹਿਣ ਲੱਗੇ ਗਰੀਬ ਨਵਾਜ਼ ਮਹਾਰਾਜ ਜੀ ਗੁਰੂ ਦੇ ਪਿਆਰੇਓ ਸੁਨਣਾ ਕਰੋ ਜਪ ਤਪ ਨਾਮ ਸਗਰ ਸੁਖ ਧਾਰੇ ਭਾਈ ਜੀ ਜਪ ਕਰੋ ਤਪ ਵੇਖੋ ਦੋ ਗੱਲਾਂ ਨਿੱਕੀਆਂ ਨਿੱਕੀਆਂ ਨੇ ਪਰ ਬੜੇ ਗਹਿਰੇ ਅਰਥ ਨੇ ਇੱਕ ਹੁੰਦਾ ਭਜਨ ਇੱਕ ਹੁੰਦਾ ਸਿਮਰਨ ਗੁਰਬਾਣੀ ਚ ਲਿਖਿਆ ਦਇਆ ਭਜਨ ਸਿਮਰਨ ਭਜਨ ਦਇਆ ਨਹੀਂ ਕੀਨੀ ਨਾ ਤੂੰ ਸਿਮਰਨ ਕੀਤਾ ਨਾ ਤੂੰ ਭਜਨ ਕੀਤਾ ਹੁਣ ਹਾਨੂੰ ਤੇ ਇਨਾ ਹੀ ਪਤਾ ਨਾ ਵੀ ਸਿਮਰਨ ਵੀ ਇਹੋ ਹੀ ਆ ਭਜਨ ਨਹੀਂ ਸਿਮਰਨ ਉਹ ਆ ਜਿਹੜਾ ਮਨ ਨਾਲ ਕੀਤਾ ਜਾਵੇ ਭਜਨ ਉਹ ਆ ਜਿਹੜਾ ਜ਼ੁਬਾਨ ਨਾਲ ਕੀਤਾ ਜਾਵੇ ਜਿਹੜਾ ਜ਼ੁਬਾਨ ਹਲਾ ਕੇ ਆਪਾਂ ਕਰਦੇ ਉਹਨੂੰ ਭਜਨ ਕਹਿੰਦੇ ਨੇ ਤੇ ਜਿਹੜਾ ਜ਼ੁਬਾਨ ਚੁੱਪ ਕਰਕੇ ਜਿਹੜਾ ਮਨ ਵਿੱਚ ਜਾਦ ਕੀਤਾ ਜਾਂਦਾ ਅਸਲ ਵਿੱਚ ਸਿਮਰਨ ਸ਼ਬਦ ਬਣਿਆ ਸਿਮਰਤੀ ਤੋਂ ਸਿਮਰਤੀ ਸ਼ਬਦ ਜਾਂ ਦਾਸ ਸਾਡੀ ਸੋਚ ਜੋ ਹਿਰਦੇ ਚ ਚੱਲਦਾ ਰਹਿੰਦਾ ਉਹਨੂੰ ਸਿਮਰਤੀ ਕਹਿੰਦੇ ਨੇ ਸਿਮਰਨ ਤੇ ਭਜਨ ਦੋਵੇਂ ਗੱਲਾਂ ਇਕੱਠੀਆਂ ਚਾਹੀਦੀਆਂ ਜੇ ਭਜਨ ਸਾਡੇ ਹਿਰਦੇ ਵਿੱਚ ਚੱਲੇ ਤੇ ਜ਼ੁਬਾਨ ਤੇ ਵੀ ਨਾਲ ਚੱਲੇ ਜੇ ਜ਼ੁਬਾਨ ਨਾਲ ਭਜਨ ਕਰਦੇ ਆ ਹੱਥ ਨਾਲ ਮਾਲਾ ਫੇਰਦੇ ਆ ਮਨ ਵਿੱਚ ਵੀ ਸਾਡੇ ਭਜਨ ਹੋਵੇ ਇਹ ਨਹੀਂ ਕਿ ਜ਼ੁਬਾਨ ਹਲਾਈ ਜਾਈਏ ਮਾਲਾ ਹਲਾਈ ਜਾਈਏ ਤੇ ਮਨ ਕਿਤੇ ਕੈਨੇਡਾ ਅਮਰੀਕਾ ਪਹੁੰਚਿਆ ਹੋਵੇ ਨਹੀਂ ਮਨ ਨੂੰ ਵੀ ਹਾਜ਼ਰ ਰੱਖ ਕੇ ਮਨ ਨੂੰ ਵੀ ਉੱਥੇ ਹੀ ਲਿਆ ਕੇ ਮਨ ਨੂੰ ਵੀ ਪਤਾ ਲੱਗੇ ਵੀ ਭਜਨ ਹੋ ਰਿਹਾ ਹੁਣ ਬਿਮਾਰ ਬੰਦਾ ਹੋਵੇ ਕੋਈ ਨਿਹਾਲ ਸਿੰਘ ਬਿਮਾਰ ਹੋਵੇ ਤੇ ਦਵਾਈ ਆਪਾਂ ਗੁਰਦਿਆਲ ਸਿੰਘ ਦੇ ਮੂੰਹ ਚ ਪਾਈ ਜਾਈਏ ਏਦਾਂ ਨਹੀਂ ਨਾ ਗੱਲ ਬੰਨੀ ਜਿਹੜਾ ਬੰਦਾ ਬਿਮਾਰ ਆ ਦਵਾਈ ਵੀ ਉਹਨੂੰ ਦਿੱਤੀ ਜਾਣੀ ਬਿਮਾਰ ਆ ਗੁਰਮਖੋ ਮਨ ਦਵਾਈ ਵੀ ਮਨ ਨੂੰ ਦੇਣੀ ਪੈਣੀ ਹੈ ਮਨ ਨੂੰ ਹਾਜ਼ਰ ਰੱਖ ਕੇ ਇਹਦੇ ਕੋਲੋਂ ਭਜਨ ਕਰਾਇਆ ਜਾਵੇ ਵੀ ਕਰ ਭਜਨਾ ਵੇ ਨਾ ਭੱਜਾ ਫਿਰ ਐਵੇਂ ਨਾ ਸੋਚਾਂ ਸੋਚਦਾ ਫਿਰ ਤੂੰ ਦੁਨੀਆ ਦੀਆਂ ਕਦੀ ਕਿਤੇ ਨਿਕਲਿਆ ਫਿਰਦਾ ਕਦੀ ਕਿਤੇ ਇੱਥੇ ਖਲੋ ਕੇ ਭਜਨ ਕਰ ਖਲੋ ਇੱਥੇ ਟਿਕਾਣੇ ਭਜਨ ਕਰ ਮਨ ਨੂੰ ਗੁਰਮੁਖ ਪਿਆਰਿਓ ਗੁਰਬਾਣੀ ਚ ਲਿਖਿਆ ਕੇ ਮਨ ਲੋਚੈ ਬੁਰਾਈਆਂ ਗੁਰਸਬਦਿਆ ਇਸ ਹੋੜੀਐ ਮਨ ਨਹੀਂ ਜੇ ਟਿਕਦਾ ਇਹਨੂੰ ਅਭਿਆਸ ਕਹਿੰਦੇ ਨੇ ਜਿਵੇਂ ਤੁਸੀਂ ਸੋਚੋ ਇਹ ਸਾਧੂ ਸੰਤਾਂ ਕੋਲੋਂ ਪਤਾ ਲੱਗਦਾ ਜਿਨ੍ਹਾਂ ਅਭਿਆਸ ਕੀਤਾ ਜਦੋਂ ਤੁਸੀਂ ਇਸ ਗੱਲ ਵੱਲ ਧਿਆਨ ਦਿਓਗੇ ਨਾ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਕੋਲ ਕਿਸੇ ਨੇ ਅਰਜ਼ੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੇਰਾ ਮਨ ਨਹੀਂ ਟਿਕਦਾ ਤੇ ਸਤਿਗੁਰੂ ਜਗਜੀਤ ਸਿੰਘ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ ਵੀ ਜਿਹੜਾ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਮਨ ਨਹੀਂ ਟਿਕਦਾ ਇਹ ਵੀ ਤੇਰੀ ਪ੍ਰਾਪਤੀ ਆ ਇਹ ਵੀ ਬੜੀ ਵੱਡੀ ਗੱਲ ਹੈ ਤੈਨੂੰ ਪਤਾ ਤੇ ਲੱਗਾ ਨਾ ਵੀ ਮਨ ਟਿਕਦਾ ਨਹੀਂ ਇਹ ਤੇ ਪਤਾ ਲੱਗਾ ਜੇ ਤੈਨੂੰ ਇਹ ਪਤਾ ਲੱਗ ਗਿਆ ਵੀ ਮਨ ਨਹੀਂ ਟਿਕਦਾ ਵੀ ਕਿੱਥੇ ਕਿੱਥੇ ਜਾਂਦਾ ਤੇ ਤੇਰਾ ਟਿਕ ਵੀ ਜਾਏਗਾ ਜਿਹੜਾ ਤੈਨੂੰ ਇੰਨਾ ਹੀ ਪਤਾ ਲੱਗਾ ਇਹ ਵੀ ਤੇਰੀ ਬੜੀ ਵੱਡੀ ਪ੍ਰਾਪਤੀ ਹੈ ਇਹ ਵੀ ਤੇਰਾ ਬੜਾ ਵੱਡਾ ਸਮਝ ਲਾ ਕੇ ਤੈਨੂੰ ਕੋਈ ਮਰਤਬਾ ਹੀ ਮਿਲ ਗਿਆ ਜਿੰਨਾ ਚਿਰ ਤੂੰ ਧਿਆਨ ਦਿੱਤਾ ਇਸ ਗੱਲ ਵੱਲ ਤੇ ਤੈਨੂੰ ਪਤਾ ਲੱਗਾ ਤੂੰ ਇਸ ਗੱਲ ਵੱਲ ਜਰਾ ਆਪਣਾ ਮਨ ਇਕਾਗਰ ਕੀਤਾ ਤੇ ਪਤਾ ਲੱਗਾ ਨਾ ਵੀ ਨਹੀਂ ਟਿਕਦਾ ਗੁਰਮੁਖੋ ਗੁਰੂ ਰਾਮ ਸਿੰਘ ਮਹਾਰਾਜ ਉਪਦੇਸ਼ ਦੇ ਰਹੇ ਹਨ ਅਨਿਕ ਪਾਤ ਕੀ ਹਰ ਜਪ ਤਰੇ ਕਹਿੰਦੇ ਨੇ ਵੇਖੋ ਸਾਜ ਸੰਗਤ ਜੀ ਨਾਮ ਜਪ ਕੇ ਬੜੇ ਬੜੇ ਪਾਤ ਕੀ ਤਰ ਗਏ ਹਨ ਤਿੰਨ ਲੋਕ ਤਾਂ ਕੇ ਜਸ ਰਰੇ ਤਿੰਨ ਲੋਕ ਜਿਹੜੇ ਉਸ ਰੱਬ ਦਾ ਜਸ ਗਾਉਂਦੇ ਹਨ ਰਮਸਕੀਨ ਮੇਰੇ ਵਰਗੇ ਵੀ ਕਈ ਮਸਕੀਨ ਕਈ ਦੀਨ ਹਨ ਉਧਰੇ ਨਾਮ ਸੰਗਲਵਲੀਨ ਨਾਮ ਜਪ ਕੇ ਉਧਰ ਗਏ ਨਾਮ ਜਪ ਕੇ ਉਹਨਾਂ ਦਾ ਬੇੜਾ ਪਾਰ ਹੋ ਗਿਆ ਹੈ ਧਾਇ ਧਾਇ ਹੋਏ ਵਡਭਾਗੇ ਜਿਹੜੇ ਨਾਮ ਜਪਦੇ ਨੇ ਉਹ ਵਡਭਾਗੇ ਹਨ ਜੀ ਉਜਲ ਮੁਖ ਜੇ ਪ੍ਰਭ ਰਾਸ ਭਾਗੇ ਉਹਨਾਂ ਦੇ ਮੁਖ ਉਜਲੇ ਨੇ ਜਿਹੜੇ ਦੇ ਨਾਮ ਦੇ ਰਸਨਾ ਲੱਗੇ ਹਨ ਵਿਸ਼ੇਨ ਸੇ ਹੋਏ ਵੈਰਾਗੀ ਜਿਹੜੇ ਵਿਸ਼ੇ ਵਕਾਰਾਂ ਤੋਂ ਵੈਰਾਗੀ ਹੋਏ ਹਨ ਗੁਰਪਗ ਪ੍ਰੀਤ ਜਿਨੋ ਕੀ ਲਾਗੀ ਜਿਨ੍ਹਾਂ ਦੀ ਪ੍ਰੀਤ ਗੁਰੂ ਦੇ ਚਰਨਾਂ ਨਾਲ ਲੱਗੀ ਉਹ ਵਡਭਾਗੇ ਹੋ ਗਏ ਹਨ ਸ੍ਰੀ ਗੁਰ ਨਾਨਕ ਪਰ ਪਰਵਾਸਾ ਗੁਰਮਖੋ ਇੱਕ ਜਗ੍ਹਾ ਮੈਂ ਗਿਆ ਦੀਵਾਨ ਲਾਉਣ ਮਨ ਲੱਗਦਾ 10 ਸਾਲ ਹੋ ਗਏ ਉਹਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਹੈ ਜਦੋਂ ਮੈਂ ਦੀਵਾਨ ਲਾ ਕੇ ਅੱਡਿਆ ਤੇ ਇੱਕ ਬੰਦਾ ਕਹਿੰਦਾ ਵੀ ਮੈਂ ਵੀ ਕੁਝ ਬੋਲਣਾ ਮਾਤਾ ਜੀ ਨੇ ਕੱਲਿਆ ਸੀ ਉਹ ਹੁਸ਼ਿਆਰਪੁਰ ਉਦੋਂ 10 20 ਦਿਨ ਲਗਾਤਾਰ ਉਧਰ ਦੀਵਾਨ ਲੱਗੇ ਸਨ ਤੇ ਰੋਜ਼ ਰਾਤ ਨੂੰ ਦੀਵਾਨ ਲੱਗਦਾ ਸੀ ਸੰਗਤ ਬੜੀ ਇਕੱਠੀ ਹੋ ਜਾਂਦੀ ਤੇ ਅਗਲੇ ਦਿਨ ਰਾਤ ਨੂੰ ਫੇਰ ਦੀਵਾਨ ਲੱਗੇ ਲੱਗੇ ਪਿੰਡਾਂ ਚੋਂ ਸੰਗਤ ਆ ਜਾਂਦੀ ਸੀ ਮੈਨੂੰ ਉਹਨਾਂ ਪਿੰਡੋਂ ਯਾਦ ਨਹੀਂ ਦੀਵਾਨ ਲਾ ਕੇ ਮਟਿਆ ਤੇ ਇੱਕ ਮੋਨਾ ਜਿਹਾ ਬੰਦਾ ਕੁਝ ਹੋਵੇਗੀ ਉਮਰ ਉਹਦੀ 55 60 ਸਾਲ ਦੀ ਤੇ ਉਹ ਉੱਠ ਕੇ ਕਹਿੰਦਾ ਵੀ ਮੈਂ ਉਹਦਾ ਕਾਮਰੇਡ ਆ ਕਾਮਰੇਡ ਖਿਆਲਾਂ ਦਾ ਉਜੋ ਨੇ ਦੀਵਾਨ ਬਾਰੇ ਸ਼ਬਦ ਕਹਿ ਤੇ ਮੁੜ ਕੇ ਉਹਨੇ ਜਿਹੜੀ ਇੱਕ ਗੱਲ ਆਖੀ ਉਹ ਅੱਜ ਤੱਕ ਮੈਨੂੰ ਯਾਦ ਹੈ ਉਹ ਕਹਿੰਦਾ ਵੀ ਸੱਜਣੋ ਇਹ ਜਿਹੜਾ ਮਨ ਆ ਨਾ ਇਹ ਸੁਆਦਾਂ ਦਾ ਆਦੀ ਹੈ ਸੁਆਦੂ ਆ ਸੁਆਦੂ ਸੁਆਦ ਇਹਨੂੰ ਚਾਹੀਦੇ ਆ ਮਨ ਨੂੰ ਭਾਵੇਂ ਕਿਤਿਓਂ ਵੀ ਮਿਲ ਜੇ ਮਨ ਨੂੰ ਸੁਆਦ ਚਾਹੀਦਾ ਤੇ ਜੇ ਕਹਿੰਦਾ ਵੀ ਤੁਸੀਂ ਦੁਨੀਆਦਾਰੀ ਦੇ ਸੁਆਦਾਂ ਦੇ ਨਾਲੋਂ ਵਿਸ਼ੇ ਵਕਾਰਾਂ ਦੇ ਸੁਆਦਾਂ ਦੇ ਨਾਲੋਂ ਜੇ ਇਹਨੂੰ ਭਜਨ ਦਾ ਸੁਆਦ ਆ ਗਿਆ ਕਥਾ ਕੀਰਤਨ ਦਾ ਸੁਆਦ ਆ ਗਿਆ ਦੀਵਾਨ ਦਾ ਸੁਆਦ ਆ ਗਿਆ ਇਹਨੇ ਦੂਜੇ ਸੁਆਦ ਆਪਣੇ ਆਪ ਹੀ ਛੱਡਦੇ ਨੇ ਇਹਨੂੰ ਕਹਿਣ ਦੀ ਲੋੜ ਨਹੀਂ ਮਨ ਸੁਆਦਾਂ ਦਾ ਆਦੀ ਹੈ ਤੇ ਗੁਰਮਖੋ ਬੜੀ ਵਧੀਆ ਮੈਨੂੰ ਉਹਦੀ ਗੱਲ ਲੱਗੀ ਤੇ ਗੁਰਬਾਣੀ ਵਿੱਚ ਵੀ ਇਹ ਗੱਲ ਲਿਖੀ ਐ ਕਿ ਇਹ ਰਸ ਆਵਾਯੋ ਰਸ ਨਹੀਂ ਭਾਵਾ ਬਿਸਰ ਗਏ ਰਸ ਔਰ ਜਦੋਂ ਨਾਮ ਦਾ ਰਸ ਆ ਗਿਆ ਦੂਜੇ ਸੁਆਦ ਚੰਗੇ ਹੀ ਨਾ ਲੱਗੇ ਦੂਜੇ ਸੁਆਦ ਕਿਉਂਕਿ ਵੱਧ ਸੁਆਦ ਆ ਨਾ ਵੱਧ ਜਦੋਂ ਇੱਕ ਵੱਧ ਚੀਜ਼ ਸੁਆਦ ਮਿਲ ਜੇ ਤੇ ਫਿੱਕੀ ਜੀ ਨੂੰ ਖਾਣ ਨੂੰ ਜੀ ਨਹੀਂ ਕਰਦਾ ਨਾਮ ਦਾ ਸਵਾਦ ਹੀ ਇੰਨਾ ਜ਼ਿਆਦਾ ਫਿਰ ਬੰਦਾ ਦੁਨੀਆਂ ਵੱਲ ਵੇਂਦਾ ਹੀ ਨਹੀਂ ਸੰਸਾਰ ਵੱਲ ਮੂੰਹ ਹੀ ਨਹੀਂ ਕਰਦਾ ਜਿੰਨੂੰ ਭਜਨ ਦਾ ਸਵਾਦ ਆ ਗਿਆ ਜਿੰਨੂੰ ਨਾਮ ਦਾ ਸਵਾਦ ਆ ਗਿਆ ਗੁਰੂ ਰਾਮ ਸਿੰਘ ਮਹਾਰਾਜੇ ਹੋ ਉਪਦੇਸ਼ ਦੇ ਰਹੇ ਹਨ ਨੀਰੂਪ ਗੁਰ ਵਾਕ ਜਬ ਸੰਗਤ ਸੁਣੇ ਸੁ ਭਾਏ ਇਦਾਂ ਜਦੋਂ ਅਮਰਤ ਰੂਪ ਬਾਣੀ ਗੁਰੂ ਜੀ ਦੀ ਸੰਗਤ ਨੇ ਸੁਣੀ ਹੈ ਵਾਹੇ ਵਾਹੇ ਗੁਰੂ ਰਾਮ ਸਿੰਘ ਯੋ ਸਭ ਕਹਤ ਯਰਾਂ ਸਾਰਿਆਂ ਨੇ ਆਖਿਆ ਧੰ ਗੁਰੂ ਰਾਮ ਸਿੰਘ ਧੰ ਗੁਰੂ ਰਾਮ ਸਿੰਘ ਵਾਹੇ ਮੈਨੇ ਅਚਰਜ ਗੁਰੂ ਰਾਮ ਸਿੰਘ ਅਬਰ ਰੂਪ ਅਜਰ ਜਰ ਸਕਤ ਬੇਅੰਤ ਅਪਾਰ ਇਦਾਂ ਦੀ ਬੇਅੰਤ ਸ਼ਕਤੀ ਦੇ ਮਾਲਕ ਸਤਿਗੁਰੂ ਜੀ ਕਾਣ ਲਖੇ ਪ੍ਰਭ ਕੇ ਚਰਤ ਧਿਆਨ ਸਿੰਘ ਬਲਿਹਾਰ ਗੁਰੂ ਦੇ ਕੌਣ ਚਰਿਤਰਾ ਨੂੰ ਵੇਖੇ ਕੌਣ ਲਖੇ ਕੌਣ ਜਾਣੇ ਸੰਤ ਧਿਆਨ ਸਿੰਘ ਕਹਿੰਦੇ ਮੈਂ ਬਲਿਹਾਰ ਜਾਵਾਂ ਐਸੇ ਗੁਰੂ ਤੋਂ ਸਦਕੇ ਜਾਵਾਂ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਗੁਰੂ ਰਾਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਸੈਦੋਂ ਦਾ ਸਾਧ ਸੀ ਸੈਦੋਂ ਪਿੰਡ ਜਿੱਥੇ ਸਤਿਗੁਰੂ ਦੇ ਸਿੰਘ ਨੇ ਕਿਰਪਾ ਕਰਕੇ ਉੱਥੇ ਬੜੀ ਸੁੰਦਰ ਇੱਕ ਧਰਮਸ਼ਾਲਾ ਬਣਾਈ ਹੈ ਬੜਾ ਵਧੀਆ ਡੇਰਾ ਬਣਿਆ ਉਥੋਂ ਦੇ ਇੱਕ ਸੂਬਾ ਜੀ ਹੋਏ ਸ਼ਾਇਦ ਸੂਬਾ ਮਾਨ ਸਿੰਘ ਜੀ ਗੁਰਮਖੋ ਸੈਦੋਂ ਦਾ ਇੱਕ ਸਾਧ ਆਇਆ ਉਹਨੂੰ ਨ ਤ੍ਰਿਕਟੀ ਦਾ ਉਹ ਧਿਆਨ ਧਰਦਾ ਸੀ ਇੱਥੇ ਮੱਥੇ ਦੇ ਵਿੱਚ ਘਾਰ ਧਿਆਨ ਉਹਨੇ ਜੋੜਨਾ ਤ੍ਰਿਕਟੀ ਦਾ ਸਮਾਧੀ ਲਾਉਣੀ ਤੇ ਉਹਨੂੰ ਸਮਾਦੀ ਦੇ ਵਿੱਚ ਜਦੋਂ ਉਹ ਗਿਆ ਦਰਗਾਹ ਦੇ ਵਿੱਚ ਉਹਨੂੰ 11 ਪਹਿਲਾ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਹੋਏ 11 ਪਾਛੀਆਂ ਦੇ ਦਰਸ਼ਨ ਹੋਏ ਜਦੋਂ 11 ਪਾਛੀਆਂ ਦੇ ਦਰਸ਼ਨ ਹੋਏ ਤੇ ਆਵਾਜ਼ ਆਇਆ ਇੱਕ ਕਹਿੰਦੇ ਓਏ ਭਜਨ ਲੈ ਜਾ ਕੇ ਸਮੇ ਦਾ ਮਾਲਕ ਗੁਰੂ ਰਾਮ ਸਿੰਘ ਰਾਮ ਸਰ ਬੈਠਾ ਜੇ ਤੂੰ ਸਮੇ ਦੇ ਮਾਲਕ ਕੋਲੋਂ ਭਜਨ ਨਹੀਂ ਨਾ ਲੈਂਦਾ ਤੇਰਾ ਜੀਵਨ ਕਿਸੇ ਵੀ ਲੇਖੇ ਨਹੀਂ ਤੇਰੀ ਨਹੀਂ ਜ਼ਿੰਦਗੀ ਕਿਸੇ ਵੀ ਅਸੀਂ ਲੇਖੇ ਲਾਉਣੀ ਜਾਂ ਦੌੜ ਜਾਏ ਤੋ ਉਹ ਫਿਰ ਸਤਿਗੁਰੂ RAM ਸਿੰਘ ਜੀ ਕੋਲ ਆਇਆ ਉਹਨੇ ਭਜਨ ਲਿਆ ਹੱਥ ਜੋੜ ਕੇ ਬੇਨਤੀ ਕਰਕੇ ਨਾਲੇ ਉਹਨੇ ਆਪਣੀ ਦਰਗਾਹ ਦੀ ਵਾਰਤਾ ਸੁਣਾਈ ਇੱਕ ਗੁਰਮੁਖੋ ਮਾਲਵੇ ਵਿੱਚ ਰਣੀਆਂ ਪਿੰਡ ਸੀ ਉਥੋਂ ਦੇ ਸਾਧ ਨੇ ਉਹਨੂੰ ਦਰਸ਼ਤਾਨ ਦਿੱਤਾ ਅਕਾਲ ਪੁਰਖ ਨੇ ਔ ਗੁਰੂ ਰਾਮ ਸਿੰਘ ਕੋ ਆਇਆ ਉਹਨੇ ਭਜਨ ਲਿਆ ਨਾਲੇ ਬੜੇ ਲੋਕਾਂ ਨੂੰ ਪ੍ਰਚਾਰ ਕਰਕੇ ਗੁਰੂ ਰਾਮ ਸਿੰਘ ਦੇ ਚਰਨਾਂ ਨਾਲ ਜੋੜਿਆ ਇੱਕ ਦਿਨ ਅਕਾਲ ਬੁੰਗੇ ਵੱਲ ਗੁਰੂ ਰਾਮ ਸਿੰਘ ਗਏ ਨਾਲ ਭਾਈ ਲੈਣਾ ਸਿੰਘ ਲੋਤਾ ਬੜਾ ਮਿੱਤਰ ਸੀ ਲੈਣਾ ਸਿੰਘ ਗੁਰੂ ਰਾਮ ਸਿੰਘ ਜੀ ਦਾ ਤੇ ਲੈਣਾ ਸਿੰਘ ਦੇ 2-3 ਬੌਲਦ ਮਰ ਗਏ ਤੇ ਦੁਖੀ ਬੜਾ ਗੁਰੂ ਰਾਮ ਸਿੰਘ ਮਹਾਰਾਜ ਆਖਿਆ ਲੈਣਾ ਸਿਆ ਕਾਇਮ ਮੈਂ ਭੁੱਲ ਗਿਆ ਮੈਨੂੰ ਬਖਸ਼ੋ ਲੈਣਾ ਸਿੰਘ ਆਖ ਮੈਂ ਭੁੱਲ ਗਿਆ ਮੈਨੂੰ ਬਖਸ਼ੋ ਲੈਣਾ ਸਿੰਘ ਰੋ ਪਿਆ ਮਹਾਰਾਜ ਮੈਂ ਭੁੱਲ ਗਿਆ ਮੈਨੂੰ ਬਖਸ਼ੋ ਮਹਾਰਾਜ ਮੈਂ ਭੁੱਲ ਗਿਆ ਮੈਨੂੰ ਬਖਸ਼ੋ ਮੇਰਾ ਕੁਝ ਨਹੀਂ ਰਹਾ ਸਤਗੁਰਾਂ ਆਖਿਆ ਲੈਣਾ ਸਿੰਘ ਜਾ ਹੁਣ ਬੌਲਦ ਲੈ ਲਾ ਤੇਰਾ ਬੌਲਦ ਨਹੀਂ ਹੁਣ ਮਰਦਾ ਲੈਣਾ ਸਿੰਘ ਨੇ ਰਾਈਆਂ ਤੋਂ ਬੌਲਦ ਲਿਆ 50 ਰੁਪਈਆ ਦਾ ਪੈਸੇ ਉਹਦ ਕੋ ਐ ਨਹੀਂ ਧਾਰਾ ਬੌਲਦ ਨੂੰ ਮਿਲ ਗਿਆ ਹੁਣ ਉਹ ਲੱਗਾ ਖੇਤੀ ਕਰਨ ਤੇ ਜਿੱਧਰ ਵੀ ਹੱਥ ਪਾਵੇ ਸਤਿਗੁਰਾਂ ਵਜਨ ਕੀਤਾ ਸੀ ਵੀ ਚੜਦੀ ਕਲਾ ਹੋ ਤੈਨੂੰ ਘਾਟਾ ਕੋਈ ਨਹੀਂ ਹੁਣ ਪੈਂਦਾ ਜਿੱਧਰ ਵੀ ਕੰਮ ਕਰੇ ਚੜਦੀ ਕਲਾ ਹੋਵੇ ਦਿਨੋਂ ਦਿਨ ਕੰਮ ਲੱਗਾ ਵਦਨ ਖੇਤੀ ਵੀ ਬੜੀ ਹੋ ਗਈ ਦਾਣੇ ਵੀ ਬੜੇ ਹੋਣ ਲੱਗੇ ਤਨਵਾਨ ਹੋ ਗਿਆ ਜ਼ਮੀਨ ਵੀ ਲੈ ਲਈ ਇੱਕ ਦਿਨ ਗੁਰੂ ਰਾਮ ਸਿੰਘ ਫਿਰ ਤੁਰਦੇ ਜਾਣ ਗੁਰੂ ਰਾਮ ਸਿੰਘ ਆਖਿਆ ਲੈਣਾ ਸਿਆ ਹੁਣ ਸੁਨਾ ਰੋ ਪਿਆ ਲੈਣਾ ਸੀ ਚਰਨ ਫੜ ਲੈ ਗੁਰੂ ਰਾਮ ਸਿੰਘ ਮਹਾਰਾਜ ਦੇ ਕਹਿੰਦਾ ਗਰੀਬ ਨਵਾਜ਼ ਸਾਨੂੰ ਕੁੱਝਾਂ ਕਮਲਿਆਂ ਨੂੰ ਗਲ ਲਾ ਕੇ ਗਰੀਬ ਨਵਾਜ਼ ਮਹਾਰਾਜ ਇਹ ਤੂੰ ਬੜਾ ਕਰਮ ਕਮਾਇਆ ਸਾਡੇ ਤੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕਰੁੱਲ ਦੇ ਫਿਰਦੇ ਸਨ ਤੇਰੇ ਰਹਿਮ ਕਰਮਣਾ ਅੱਜ ਜੀਂਦੇ ਪਏ ਆਂ ਕਹਿੰਦਾ ਗੱਲ ਲਾ ਕੇ ਕੋ ਜਿਆਂ ਕਮਲਿਆਂ ਨੂੰ ਹਾਂ ਗੱਲ ਲਾ ਕੇ ਕੋ ਜਿਆਂ ਕਮਲਿਆਂ ਨੂੰ ਲਜਪਾ ਛੱਡੇ ਆ ਗੱਲ ਲਾ ਕੈ ਕੋ ਜਿਆਂ ਕਮਲਿਆਂ ਨੂੰ ਓ ਸਾਨੂੰ ਮੰਗਨਾ ਪਿਆ ਨਾ ਦਰਦਰ ਤੋਂ ਸਾਨੂੰ ਮੰਗਨਾ ਪਿਆ ਨਾ ਦਰ ਦਰ ਤੋਂ ਐਸਾ ਖੈਰ ਗੁਰਾਨੇ ਹਾਂ ਪਾ ਛੜਿਆ ਗਲ ਲਾ ਕੇ ਕੋ ਜਿਹਾ ਕਮਲਿਆਂ ਨੂੰ ਸਦਾ ਪਰਿਆ ਗੁਰਾਨੇ ਸਾਏ ਤੇ ਛੱਡੀ ਤੋਟ ਰਤਨਾ ਮਾਸਾਏ ਉਹ ਸਾਨੂੰ ਮੰਗਣਾ ਪਿਆ ਨਾ ਦਰਦਰ ਤੋਂ ਐਸਾ ਕਦੀ ਗੁਨਾਹ ਨਹੀਂ ਛੱਡਿਆ ਉਹ ਗਲ ਲਾ ਕੇ ਕੋ ਜਿਆਂ ਕਮਲਿਆਂ ਨੂੰ ਗੁਰਮਖੋ ਚਰਣਾ ਤੇ ਭਾਈ ਧਿਆਨ ਸਿੰਘ ਕਾਦਰਾਬਾਦ ਵਾਲਿਆਂ ਵੀ ਜਿੱਥੇ ਇਤਿਹਾਸ ਲਿਖਿਆ ਸੰਤ ਸੰਤੋਖ ਸਿੰਘ ਬਾਹਵਾਲ ਵਾਲੇ ਸਤਿਗੁਰੂ ਬਲਾਸ ਚ ਲਿਖਦੇ ਨੇ ਕਹਿੰਦੇ ਨੇ ਕਮਾਨ ਵਰਗੀਆਂ ਭੌਹਾਂ ਗੁਰੂ ਰਾਮ ਸਿੰਘ ਦੀਆਂ ਸੂਰਜ ਚੰਦ ਜੋਂ ਪਿਆਰੇ ਨੇਤਰ ਨੇ ਸਤਿਗੁਰਾਂ ਦੇ ਬੜਾ ਤੇਜਸਵੀ ਜਿਹੜਾ ਮਸਤਕ ਹੈ ਸਤਿਗੁਰਾਂ ਦਾ ਬੜਾ ਲੰਮਾ ਸਰੀਰ ਹੈ ਸਰੋਂ ਦੇ ਬੂਟੇ ਵਰਗਾ ਸੱਜੇ ਗੋਡੇ ਦੇ ਉੱਤੇ ਲਸਨ ਕ ਜਿੰਨਾ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਇੱਕ ਦਾਗ ਆ ਲਾਲ ਰੰਗ ਦਾ ਉਂਗਲਾਂ ਜਿਹੜੀਆਂ ਉਹ ਬੜੀਆਂ ਲੰਮੀਆਂ ਨੇ ਤੇ ਬਿਨਾ ਗੰਡਾਂ ਤੋਂ ਨੇ ਤੇ ਗੋਡੇ ਬਿਨਾ ਚੱਪਣਾ ਤੋਂ ਨੇ ਸਤਿਗੁਰੂ ਜੀ ਜਦੋਂ ਤੁਰਦੇ ਨੇ ਉਹਨਾਂ ਦੀਆਂ ਬਾਹਾਂਵਾਂ ਗੋਡਿਆਂ ਤੱਕ ਲੰਮੀਆਂ ਆਉਂਦੀਆਂ ਹਨ ਸਤਿਗੁਰਾਂ ਦਾ ਵੱਖਰਾ ਜਿਹਾ ਹੀ ਰੂਪ ਹੈ ਪਿੰਡ ਦੇ ਲੋਕ ਗੱਲਾਂ ਕਰਦੇ ਨੇ ਕਿ RAM ਸਿੰਘ ਵਿੱਚ ਕੋਈ ਨਾ ਕੋਈ ਤੇ ਗੱਲ ਹੈਗੀ ਆ ਜਿਹੜੇ ਐਨੇ ਸਿੱਖ ਦੇ ਮਗਰ ਲੱਗੇ ਨੇ ਐਨੀ ਦੁਨੀਆ ਸਭ ਇੱਕ ਵਾਰ ਗੱਜ ਕੇ ਕਹ ਲੋ ਧੰਨ ਗੁਰੂ ਰਾਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰਮਖ ਪਿਆਰਿਓ ਹੋਈਆਂ अनेਕਾਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਸਮੇਂ ਦੇ ਮਾਲਕ ਹਾਜ਼ਰਾ ਹਜੂਰ ਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਇਹ ਘੜੀਆਂ ਇਹ ਸਾਡਾ ਵਕਤ ਲੇਖੇ ਚ ਲੱਗ ਗਿਆ ਜਿਨ੍ਹਾਂ ਦੀ ਕਿਰਪਾ ਨਾਲ ਜਨਮ ਸਫਲਾ ਹੋਣਾ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਗੁਰੂ ਦੇ ਸਿੰਘ ਸੱਚੇ ਪਾਤਸ਼ਾਹ